ऊचा भगवंत सगला समग्री ਢਲੀ ਗਤ ਤੁਮਰਾ ਸੂਤਰ ਧਾਰੀ ਤੁਮਤੇ ਹੋਏ ਸੋ ਆਗਿਆ ਕਾਰੀ ਤੁਮਰੀ ਗਤ ਮੇਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸੁਕੋਟਲ ਗੁਰ ਸੇਵੀ ਹੈ ਅਨਸ ਸਹਜ ਸੁਭਾਏ ਦਰਸ਼ਨ ਪਰਸ ਆਏ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਿਖ ਦੁਖ ਸਾਮੰਦੀ ਨੂਰ ਅਰਸੋ ਗੁਰਸੋ ਛਟੀ ਐ ਤੋਦ ਡਿਟੇ ਸਚੇ ਪਾਤਿਸ਼ਾ ਮਲ ਜਨਮ ਜਨਮ ਦੀ ਕਟੀ ਐ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਮਾਰੂ ਸੋਲੇ ਮਹਲਾ ਪਹਿਲਾ ਆਪੇ ਦਿਨਸ ਆਪੇ ਹੀ ਰੈਣੀ ਆਪ ਪਤੀਜਾ ਗੁਰ ਕੀ ਬੈਣੀ ਆਦ ਜੁਗਾਦ ਅਨਦ ਅੰਦਨ ਕਾਟ ਕਟ ਸ਼ਬਦ ਰਜਾਈ ਹੈ ਆਪੇ ਦਿਨਸ ਆਪੇ ਹੀ ਰੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਤਤ ਪਾਵਨ ਕਿਰਪਾ ਨਿਧਾਨ ਸਤਿਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਾਂ ਦੀ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ ਸਤਿਗੁਰੂ ਜੀ ਅੰਮ੍ਰਿਤ ਵੇਲੇ ਗੁਰਬਾਣੀ ਦੀਆਂ ਦਾਤਾਂ ਬਖਸ਼ਿਸ਼ ਕਰ ਰਹੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਮਨ ਦਾ ਧਿਆਨ ਟਿਕਾਈਏ ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਛਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਪੇ ਦਿਨਸ ਆਪੇ ਹੀ ਰੈਣੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਹ ਜੋ ਸ਼ਬਦ ਹੈ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ ਸਤਿਗੁਰੂ ਸਾਹਿਬ ਪਾਤਸ਼ਾਹ ਜੀ ਇਸ ਸਵਾ ਕੋ ਕਰਤਾਰਪੁਰ ਸੋ ਕਰਤਾਰਪੁਰ ਸਾਹਿਬ ਤੋਂ ਮਹਾਰਾਜ ਚੱਲਦੇ ਟਹਿਲਦੇ ਰਹਿੰਦੇ ਫਿਰ ਵਾਪਸ ਆ ਜਾਂਦੇ ਸਾਰਾ ਦਿਨ ਇਸ ਤਰ੍ਹਾਂ ਟਹਿਲਦੇ ਆਂ ਬਤੀਤ ਹੋ ਜਾਂਦਾ ਜਦੋਂ ਰਾਤ ਪੈਂਦੀ ਹੈ ਇੱਕ ਝੁੱਗੀ ਵਿੱਚ ਇੱਕ ਛੱਪਰ ਬਣਿਆ ਹੋਇਆ ਉਹ ਛੱਪਰ ਦੇ ਅੰਦਰ ਆਪਣੇ ਸਰੀਰ ਦੇ ਆਕਾਰ ਦੇ ਨਾਲ ਇਹ ਨਾਗੂ ਸਰੀਰ ਦਾ ਆਕਾਰ ਹੈ ਉਹਦੇ ਵਿੱਚ ਰੋੜ ਵਸਾਏ ਹੋਏ ਰੇਤਾ ਵਿਛਾਈ ਹੋਦੀ ਉਹਦੇ ਉੱਪਰ ਬੈਠ ਕੇ ਤਪ ਕਰਨ ਲੱਗ ਜਾਂਦਾ ਹੈ ਭਾਈ ਗੁਰਦਾਸ ਜੀ ਨੇ ਇਸ ਗੱਲ ਦਾ ਹਵਾਲਾ ਦਿੱਤਾ ਕੱਲ ਆਪਾਂ ਬਚਨ ਸਰਵਨ ਕੀਤੇ ਸੋ ਮਹਾਰਾਜ ਜੀ ਨੇ ਉਥੇ 22 ਸ਼ਬਦ ਜਿਹੜੇ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਦੇਵ ਜੀਆ ਨੇ ਇਹ ਮਾਰੂ ਸੋਲੇ ਬਾਣੀ ਦੇ ਬਖਸ਼ੇ ਇਸ ਸ਼ਬਦ ਦੀਆਂ ਕੁਝ ਪੌੜੀਆਂ ਆਪਾਂ ਕੱਲ ਸਰਵਨ ਕਰ ਲਈਆਂ ਬਾਕੀ ਅੱਜ ਸਰਵਨ ਕਰਦੇ ਤੇ ਫਰਮਾਉਂਦੇ ਹਾਂ ਆਪੇ ਦਿਨਸ ਆਪ ਹੀ ਰੈਣੀ ਉਹ ਪ੍ਰਮਾਤਮਾ ਦਿਨ ਰੂਪ ਆਪ ਹੈ ਜਿਹੜਾ ਦਿਨ ਚੜਿਆ ਹੋਇਆ ਨਾ ਆਪਾਂ ਦੇ ਦਿਨ ਚੜ ਗਿਆ ਇਹ ਪ੍ਰਮਾਤਮਾ ਹੀ ਦਿਨ ਦਾ ਰੂਪ ਹੈ ਜਦੋਂ ਰਾਤ ਪੈ ਜਾਂਦੀ ਹੈ ਰਾਤ ਵੀ ਪ੍ਰਮਾਤਮਾ ਦਾ ਰੂਪ ਹੀ ਹੈ ਪ੍ਰਮਾਤਮਾ ਦਿਨ ਹੋ ਰਿਹਾ ਹੈ ਪ੍ਰਮਾਤਮਾ ਹੀ ਰਾਤ ਹੋ ਰਿਹਾ ਹੈ ਰਾਤ ਵਿੱਚ ਵੀ ਉਸ ਦਾ ਨਿਵਾਸ ਹੈ ਦਿਨ ਵਿੱਚ ਵੀ ਉਸ ਦਾ ਨਿਵਾਸ ਹੈ ਰਾਤ ਦਿਨ ਵਿੱਚ ਉਹ ਆਪ ਹੀ ਵਸਣ ਵਾਲਾ ਹੈ ਫਿਰ ਫਰਮਾਉਂਦੇ ਹਨ ਆਪੇ ਦਿਨਸ ਆਪੇ ਹੀ ਰੈਣੀ ਵਰਮਖੋ ਦਿਨਸ ਨਾਮ ਹੈ ਗਿਆਨ ਦਾ ਉਹ ਗਿਆਨ ਰੂਪ परमात्मा ਆਪ ਹੀ ਹੈ ਗਿਆਨ ਦੇ ਗ੍ਰੰਥ ਵੀ ਆਪ ਹੀ ਹੈ ਗਿਆਨ ਪੜਾਉਣ ਵਾਲਾ ਵੀ ਆਪ ਹੈ ਗਿਆਨ ਦੇਣ ਵਾਲਾ ਵੀ ਆਪ ਹੈ ਉਹ ਐਸਾ ਉਸ ਦਾ ਰੂਪ ਹੈ ਆਪੇ ਦਿਨਸ ਦਿਨਸ ਤੋਂ ਭਾਵ ਹੈ ਗਿਆਨ ਉਹ ਗਿਆਨ ਰੂਪ ਆਪ ਹੈ ਰੇਣੀ ਕਈਏ ਅਵਿਦਿਆ ਅਵਿਦਿਆ ਕਈਏ ਬੇਸਮਝੀ ਮਨਮੁਖਤਾਈ ਅਵਿਦਿਆ ਰੂਪ ਵੀ ਆਪ ਹੈ ਅਵਿਦਿਆ ਵਿੱਚ ਵੀ ਆਪ ਹੀ ਬੈਠਾ ਗਿਆਨ ਵਿੱਚ ਵੀ ਆਪ ਬੈਠਾ ਫਿਰ ਫਰਮਾਉਂਦੇ ਹਾਂ ਆਪੇ ਦਿਨਸ ਆਪੇ ਹੀ ਰੈਣੀ ਮਨਮੁਖੋ ਦਿਨਸ ਤੋਂ ਭਾਵ ਹੈ ਪੁਨਰੂਪ ਪੁਨਰੂਪ ਵੀ ਆਪ ਹੈ ਆਪਾਂ ਬਚਨ ਸਰਵਨ ਕਰਦੇ দান ਪੁੰਨ দান ਹੁੰਦਾ ਜਦੋਂ ਮਰਜ਼ੀ ਕਰ ਲਈਏ ਪੁੰਨ ਉਹਨੂੰ 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 ਕਹਿੰਦੇ ਨੇ ਜਦੋਂ ਕਿਸੇ ਦਿਨ ਤੇ ਵਿਸ਼ੇਸ਼ ਕੀਤਾ ਜਾ ਮੰਨ ਲਓ ਮੱਸਿਆ ਹੈ ਉਸ ਦਿਨ ਕੰਮ ਕਰੇ ਹਰ ਮੱਸਿਆ ਤੇ ਉਹਨੂੰ ਕਹਿੰਦੇ ਪੁੰਨ ਕੀਤਾ ਹੈ ਅੱਜ ਚੰ드ਰਮਾ ਗ੍ਰਹਿ ਹੈ ਅੱਜ ਸੂਰਜ ਗ੍ਰਹਿਣ ਹੈ ਅੱਜ ਕੋਈ ਕਾਦਸੀ ਹੈ ਅੱਜ ਕੋਈ ਦੁਆਦਸੀ ਹੈ ਕਿਸੇ ਵਿਸ਼ੇਸ਼ ਦਿਨ ਤੇ ਕੀਤਾ ਗਿਆ ਕੰਮ দান ਉਸਨੂੰ ਪੁੰਨ ਕਿਹਾ ਜਾਂਦਾ ਹੈ ਮਹਾਰਾਜ ਕਹਿਣ ਲੱਗੇ ਆਪੇ ਦਿਨਸ ਉਹ ਪੁੰਨ ਰੂਪ ਵੀ ਆਪ ਹੀ ਹੈ ਆਪੇ ਰੈਣੀ ਤੇ ਪਾਪ ਰੂਪ ਵੀ ਆਪ ਹੀ ਹੈ ਪਾਪ ਦੇ ਵਿੱਚ ਵੀ ਆਪ ਬੈਠਾ ਹੋਇਆ ਪੁੰਨ ਵਿੱਚ ਵੀ ਆਪ ਬੈਠਾ ਕਿਉਂਕਿ ਉਸ ਨੇ ਸ੍ਰਿਸ਼ਟੀ ਸਾਜੀ ਹੈ ਨਾ ਸ੍ਰਿਸ਼ਟੀ ਬਣਾਈ ਹੈ ਇਸ ਕਰਕੇ ਉਹ ਪਰਮਾਤਮਾ ਜੀਵਾਂ ਨੂੰ ਬੰਨ ਲੈਂਦਾ ਸੰਸਾਰ ਵਿੱਚ ਕਿਸੇ ਤੋਂ ਪੁੰਨ ਕਰਵਾਈ ਜਾ ਰਿਹਾ ਕਿਸੇ ਤੋਂ ਪਾਪ ਫਿਰ ਜੀਵ ਬੱਜੇ ਹੋਏ ਮੁਕਤ ਨਹੀਂ ਹੋ ਪਾਰਾ ਫਿਰ ਫਰਮਾਉਂਦੇ ਹਾਂ ਆਪੇ ਦਿਨਸ ਆਪ ਹੀ ਰੈਣੀ ਗੁਰਮੁਖੋ ਦਿਨਸ ਤੋਂ ਭਾਵ ਹੈ ਸੁਖ ਉਹ ਪਰਮਾਤਮਾ ਸੁਖ ਰੂਪ ਵੀ ਆਪ ਹੈ ਕਿਸੇ ਨੂੰ ਸੋਖੀ ਸੁਖ ਦਤੇ ਹੋਇ ਕਈ ਕੋਟ ਬੈਠਤੀ ਹੀ ਖਾ ਹੈ ਬੈਠਿਆਂ ਹੀ ਸਭ ਪਦਾਰਥ ਭਗਵਾਨ ਭੋਜਨ ਮਿਲੀ ਜਾਂਦੇ ਉਹ ਪਰਮਾਤਮਾ ਦਿਨਸ ਕਈਏ ਸੁਖ ਰੂਪ ਵੀ ਆਪ ਹੈ ਰੇਨੀ ਰਾਤ ਰਾਤੋਂ ਭਾਵ ਹੈ ਗੁਰਮਖੋ ਦੁੱਖ ਦੁੱਖ ਰੂਪੀਓ ਪ੍ਰਮਾਤਮਾ ਆਪ ਹੈ ਸੋ ਐਸਾ ਹੈ ਜਦੋਂ ਕੋਈ ਦੁੱਖ ਆ ਜਾਂਦਾ ਹੈ ਨਾ ਆ ਬਚਨ ਆਪਾਂ ਆਖਦੇ ਦੁੱਖ ਦੇ ਵਿੱਚ ਫਿਰ ਉਹ ਚੀਤੇ ਆਉਂਦਾ ਹੈ ਉਹ ਯਾਦ ਆਉਂਦਾ ਹੈ ਜਿਵੇਂ ਕਬੀਰ ਸਾਹਿਬ ਜੀ ਕਹਿਣ ਲੱਗੇ ਕਾਮ ਪਰੇ ਤੇ ਸਿਮਰੀਐ ਜਿੰਨੂੰ ਉਹਨੇ ਸਿਮਰਣ ਵਿੱਚ ਲਾਉਣਾ ਫਿਰ ਨਿਕਾਜਾ ਦੁੱਖ ਵੀ ਉਹਤੇ ਪਾ ਦਿੰਦਾ ਵੀ ਚਲ ਦੁੱਖ ਨੂੰ ਵੇਖ ਕੇ ਹੀ ਮੈਨੂੰ ਚੇਤਾ ਕਰੇਗਾ ਦੁੱਖ ਰੂਪ ਵੀ ਉਹ ਆਪ ਹੈ ਆਪਣਾ ਨਾਮ ਜਪੌਣ ਵਾਸਤੇ ਸੁਖ ਰੂਪ ਵੀ ਉਹ ਪ੍ਰਮਾਤਮਾ ਆਪ ਹੈ ਇਸੇ ਪੰਕਤੀ ਨੂੰ ਫਿਰ ਫਰਮਾਉਂਦੇ ਹਾਂ ਆਪੇ ਦਿਨਸ ਆਪੇ ਹੀ ਰੈਣੀ ਪਰਮੋ ਦਿਨਸ ਤੋਂ ਭਾਵ ਹੈ ਹਰਖ ਹਰਖ ਰੂਪ ਵੀ ਉਹ ਪ੍ਰਮਾਤਮਾ ਆਪ ਹੈ ਤੇ ਰੈਣੀ ਕਹੀਏ ਸੋਗ ਸੋਗ ਰੂਪ ਵੀ ਆਪ ਹੈ ਗਾਮ ਰੂਪ ਵੀ ਆ ਪਚਿੰਤਾ ਦਾ ਰੂਪ ਵੀ ਆਪ ਹੀ ਹੈ ਇਹਨਾਂ ਸਾਰਿਆਂ ਵਿੱਚੋਂ ਆਪ ਹੀ ਵਸਿਆ ਹੋਇਆ ਹੈ ਆਪ ਤੀਜੇ ਗੁਰ ਕੀ ਬਾਣੀ ਆਪ ਹੀ ਜਗਿਆਸੂ ਰੂਪ ਹੋ ਜਾਂਦਾ ਹੈ ਤੇ ਪਤੀਜਾ ਫਿਰ ਭਰੋਸਾ ਕਰਦਾ ਗੁਰੂ ਦੇ ਬਚਨਾਂ ਦੇ ਉੱਪਰ ਜਿਵੇਂ ਅਸੀਂ ਸੰਸਾਰੀ ਲੋਕ ਆ ਸੀ ਜਗਿਆਸੂ ਨਹੀਂ ਆ ਕਿਉਂਕਿ ਅਸੀਂ ਭਰੋਸਾ ਨਹੀਂ ਕਰ ਪਾਰ ਬਚਨ ਸੁਣਦੇ ਜਰੂਰ ਆ ਗੁਰਬਾਣੀ ਦਾ ਪੜ੍ਹਦੇ ਵੀ ਹਾਂ ਪਰ ਭਰੋਸਾ ਸਾਡਾ ਕਈ ਵਾਰੀ ਟੁੱਟ ਜਾਂਦਾ ਹੈ ਪੂਰਨ ਜਗਿਆਸੂ ਉਹ ਨੇ ਗੁਰਮੁਖ ਜਿਹੜੇ ਪੂਰਾ ਪੂਰਾ ਭਰੋਸਾ ਰੱਖਦੇ ਉਹਨਾਂ ਨੂੰ ਕਿਹਾ ਜਾਂਦਾ ਜਗਿਆਸੂ ਜਗਿਆਸਾ ਰੱਖਣ ਵਾਲੇ ਜਗਿਆਸਾ ਤੋਂ ਭਾਵ ਹੈ ਜਿਨ੍ਹਾਂ ਦਾ ਅੰਦਰ ਜਾਗਿਆ ਹੈ ਜਿਨ੍ਹਾਂ ਨੂੰ ਚੇਟਕ ਲੱਗੀ ਹੈ ਜਿਨ੍ਹਾਂ ਨੂੰ ਜਾਗ ਲੱਗੀ ਹੈ ਉਹ ਫਿਰ ਭਰੋਸਾ ਰੱਖਦੇ ਮਹਾਰਾਜ ਕਹਿੰਨ ਲੱਗੇ ਆਪ ਪਤੀਜਾ ਇਸ ਜਗਿਆਸੂ ਰੂਪ ਹੋ ਕੇ ਚੇਲਾ ਬਣ ਕੇ ਆਪ ਹੀ ਭਰੋਸਾ ਕਰਦਾ ਹੈ ਗੁਰ ਕੀ ਬਾਣੀ ਗੁਰੂ ਦੇ ਬਚਨਾਂ ਦੇ ਉੱਪਰ ਗੁਰੂ ਬਣ ਕੇ ਆਪ ਹੀ ਬਚਨ ਕਰਦਾ ਹੈ ਤੇ ਚੇਲਾ ਬਣ ਕੇ ਆਪ ਹੀ ਬਚਨਾਂ ਤੇ ਭਰੋਸਾ ਕਰਦਾ ਗੁਰੂ ਨਾਨਕ ਦੇ ਮਹਾਰਾਜ ਜੀ ਗੁਰੂ ਬਣ ਕੇ ਕਹਿਣ ਲੱਗੇ ਮੁਰਦਾ ਖਾਲਪ ਭਾਈ ਲੈਣਾ ਜੀ ਤੇ ਉਸ ਵੇਲੇ ਭਾਈ ਲੈਣਾ ਜੀ ਇਸ ਵੇਲੇ ਸੇਵਕ ਨੇ ਸੇਵਕ ਬਣ ਕੇ ਬਚਨ ਤੇ ਭਰੋਸਾ ਕਰਦੇ ਪਏ ਮਹਾਰਾਜ ਕਿਹੜੇ ਪਾਸਿਓਂ ਖਾ ਲਈਏ ਇਸ ਤਰ੍ਹਾਂ ਉਹ ਸੇਵਕ ਰੂਪ ਵੀ ਆਪ ਹੀ ਹੈ ਪਰਮਾਤਮਾ ਤੇ ਗੁਰੂ ਬਣ ਕੇ ਉਪਦੇਸ਼ ਦੇਣ ਵਾਲਾ ਵੀ ਆਪ ਹੈ ਆਜ ਜੁਗਾਦ ਅਨਹਦ ਅੰਦਿਨ ਘਟ ਘਟ ਸ਼ਬਦ ਰਜਾਈ ਹੈ ਮਹਾਰਾਜ ਕਹਿਣ ਲੱਗੇ 헤 ਰਜਾਈ ਰਜਾ ਵਿੱਚ ਰੱਖਣ ਵਾਲੇ ਰਜਾ ਕਹੀਏ ਹੁਕਮ ਕਰਨ ਵਾਲੇ ਪਰਮਾਤਮਾ ਆਪ ਸ਼ਬਦ ਕਹੀਏ ਬ੍ਰਹਮ ਰੂਪ ਬ੍ਰਹਮ ਰੂਪ ਹੋ ਕੇ ਹਰੇਕ ਘਟ ਘਟ ਵਿੱਚ ਸਮਾਏ ਕੋਈ ਐਹੋ ਜੀ ਜਗ੍ਹਾ ਹੈ ਨਹੀਂ ਜਿੱਥੇ ਆਪ ਨਾ ਹੋ ਆਦਿ ਜੁਗਾਦ ਆਦਿ ਮੁੱਢ ਤੋਂ ਯੁਗ ਆਦਿ ਜਿੰਨੇ ਵੀ ਯੁਗ ਨੇ ਸਤਜੋਗ ਐਤ੍ਰੇਤਾ ਦੁਆਪਰ ਕਾਲ ਯੁਗ ਇਹਨਾਂ ਚਾਰ ਚਾਰ ਯੁਗਾਂ ਦੀਆਂ ਜਿੰਨੀਆਂ ਵੀ ਚੌਕੜੀਆਂ ਨੇ ਸਾਰਿਆਂ ਵਿੱਚ ਆਪ ਸਮਾਏ ਹੋਏ ਅਨਾਹਦ ਕਈਏ ਇੱਕ ਰਾਸ ਦਿਨੇ ਰਾਤ ਆਪ ਸਾਰਿਆਂ ਘਟਾਂ ਵਿੱਚ ਨਿਵਾਸ ਕਰਦੇ ਹੋ ਆਪੇ ਰਤਨ ਅਨੂਪ ਅਮੋਲੋ ਉਹ ਪ੍ਰਮਾਤਮਾ ਅਨੂਪ ਉਪਮਾ ਤੋਂ ਰਹਿਤ ਹੈ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੈਂ ਪ੍ਰਮਾਤਮਾ ਦੀ ਮੁਕੰਮਲ ਸਿਫਤ ਕਰ ਲਵਾਂਗਾ ਮੈਂ ਪੂਰੀ ਪੂਰੀ ਸਿਫਤ ਕਰ ਦਿਆਂਗਾ ਪ੍ਰਮਾਤਮਾ ਦੀ ਨਹੀਂ ਕੋਈ ਵੀ ਦੁਨੀਆ ਵਿੱਚ ਉਹਦੀ ਸਿਫਤ ਨਹੀਂ ਕਰ ਸਕਦਾ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਚਨ ਲਿਖਿਆ ਹੋਰ ਕੀਤੇ ਤੁਦਨੋ ਗਾਵਨ ਸੇ ਮੈਂ ਚੇਤਨਾ ਨਾਨਕ ਕਿਆ ਇਹ ਗੁਰਬਾਣੀ ਦਾ ਮਹਾਵਾਕ ਹੈ ਨਾ ਮਹਾਰਾਜ ਕਹਿਣ ਲੱਗੇ ਕਿੰਨੇ ਕੁ ਗਾਉਂਦੇ ਪੈ ਕਿੰਨੇ ਕੁ ਤੇ ਆਉਂਦੇ ਪੈ ਕਿੰਨੇ ਕੁ ਜਪਦੇ ਪੈ ਚਿਤ ਚੇਤੇ ਅੰਦਰ ਹੀ ਨਹੀਂ ਗਿਣਤੀ ਵਿੱਚ ਹੀ ਨਹੀਂ ਪਰਮਾਤਮਾ ਅਨੂਪ ਉਪਮਾ ਤੋਂ ਰਹਿਤ ਉਹਦੀ ਕੋਈ ਮੁਕੰਮਲ ਉਪਮਾ ਨਹੀਂ ਕਰ ਸਕਿਆ ਦੁਨੀਆ ਵਿੱਚ ਨਾ ਕੋਈ ਕਰ ਸਕੇ ਅਮੋਲੋ ਨਾ ਉਹਦਾ ਕੋਈ ਮੁੱਲ ਪਾ ਸਕਦਾ ਦੁਨੀਆ ਵਿੱਚ ਭਾਵੇਂ ਗੁਰਬਾ ਪਤੀ ਬਣ ਜਾਵੇ ਖਰਬਾ ਪਤੀ ਬਣ ਜਾਵੇ ਹੀਰਿਆਂ ਦਾ ਮਾਲਕ ਬਣ ਜਾਵੇ ਜਵਾ ਰਾਤ ਸੋਨੇ ਦੀਆਂ ਖਾਨਾਂ ਦਾ ਮਾਲਕ ਬਣ ਜਾਵੇ ਪਰਮਾਤਮਾ ਦਾ ਮੁੱਲ ਫਿਰ ਵੀ ਨਹੀਂ ਪੈਣਾ ਉਹ ਮੁੱਲ ਤੋਂ ਰਹਿਤ ਹੈ ਇਸ ਕਰਕੇ ਉਹਨੂੰ ਕਿਹਾ ਅਮੋਲੋ ਅਰ ਆਪ ਅਮੁੱਲਕ ਹੈ ਮੁੱਲ ਤੋਂ ਰਤ ਪਰਮਾਤਮਾ ਤੇ ਪਾਦਸ਼ਾਹ ਕਹਿਣ ਲੱਗੇ ਆਪੇ ਰਤਨ ਉਹ ਰਤਨ ਰੂਪ ਆਪ ਹੈ ਰਤਨ ਕਹੀਏ ਗੁਰਮੁਖੋ ਰਤਨ ਦੇ ਵਾਂਗ ਅਮੁੱਲਕ ਹੈ ਨਾ ਰਤਨ ਦਾ ਮੁੱਲ ਨਾ ਪਰਮਾਤਮਾ ਦਾ ਹੈ ਆਪੇ ਪਰਖੇ ਪੂਰਾ ਤੋਲੋ ਆਪ ਐਸੇ ਪੰਕਤੀ ਨੂੰ ਦੁਬਾਰਾ ਪਿਛਲੀ ਨੂੰ ਫਿਰ ਪੜ ਲੈਣਾ ਕਰੀਏ ਆਪੇ ਰਤਨ ਅਨੂਪ ਅਮੋਲੋ ਰਤਨ ਤੋਂ ਭਾਵ ਹੈ ਗੁਰਮੁਖੋ ਵਿਰਾਗ ਵੈਰਾਗ ਆ ਜਾਣਾ ਪਰਮਾਤਮਾ ਨੂੰ ਮਿਲਣ ਦਾ ਇਹ ਵੀ ਪਰਮਾਤਮਾ ਆਪ ਹੀ ਹੈ ਅੱਖਾਂ ਵਿੱਚ ਉਹਦੀ ਪ੍ਰਾਪਤੀ ਦੇ ਤਰਸ ਜੋਗ ਹੰਝੂ ਵਗਦੇ ਰਹੇ ਨੇ ਕਦੋਂ ਮਿਲੇਗਾ ਪਰਮਾਤਮਾ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਇਹ ਵੈਰਾਗ ਹੈ ਪਰਮਾਤਮਾ ਇੱਕ ਵਾਰੀ ਬਸ ਝਲਕ ਵਿਖਾਓ ਆਪਨੇ ਪਾਤਸ਼ਾਹ ਕਹਿਣ ਲੱਗੇ ਵੈਰਾਗ ਰੂਪ ਆਪ ਹੈ ਪਰਮਾਤਮਾ ਅਤੇ ਉਹ ਪਰਮਾਤਮਾ ਜਿਹੜਾ ਹੈ ਪਰਖਣੇ ਵਾਲਾ ਆਪ ਹੀ ਹੋ ਰਿਹਾ ਰਤਨ ਰੂਪ ਵੀ ਆਪ ਹੈ ਮੈਰਾਗ ਰੂਪ ਵੀ ਆਪ ਹੈ ਉਪਮਾ ਤੋਂ ਰਹਿਤ ਹੈ ਉਸ ਦਾ ਕੋਈ ਮੁੱਲ ਨਹੀਂ ਪਾ ਸਕਦਾ ਹੈ ਆਪੇ ਪਰਖੇ ਪੂਰਾ ਤੋਲੋ ਪਰਖਣੇ ਵਾਲਾ ਵੀ ਆਪ ਹੈ ਅਤੇ ਇਸੇ ਤਰ੍ਹਾਂ ਪੂਰਾ ਤੋਲੋ ਪੂਰਾ ਵਿਚਾਰ ਦੇਣ ਵਾਲਾ ਵੀ ਆਪ ਹੈ ਗੁਰੂ ਬਣ ਕੇ ਪਰਖ ਵੀ ਆਪ ਆ ਪਾ ਦਿੰਦਾ ਹੈ ਮਦਦਗਾਰ ਬਣ ਕੇ ਵਿਚਾਰ ਵੀ ਦੇ ਦਿੰਦਾ ਹੈ ਵੀ ਇਸ ਤਰ੍ਹਾਂ ਨਹੀਂ ਤੇ ਇਸ ਤਰ੍ਹਾਂ ਕਰ ਤੇਰਾ ਭਲਾ ਹੋਵੇਗਾ ਪੂਰਾ ਤੋਲੋ ਇਸ ਤਰ੍ਹਾਂ ਉਸ ਦੀ ਤਕੜੀ ਦਾ ਪੂਰਾ ਵਿਚਾਰ ਰੂਪੀ ਤੋਲ ਹੈ ਬੀਬੀ ਸਲਖਣੀ ਆਖਦੀ ਹੈ ਪੁੱਤਰ ਦੀ ਦਾਤ ਚਾਹੀਦੀ ਹੈ ਕਹਿਣ ਵਾਲੇ ਵੀ ਉਹਦੇ ਵਿੱਚ ਗੁਰੂ ਪਾਤਸ਼ਾਹ ਆਪ ਹੀ ਨੇ ਗੁਰੂ ਬਣ ਕੇ ਫਿਰ ਮਨਾ ਵੀ ਕਰ ਦਿੰਦੇ ਨਹੀਂ ਕਰਮਾਂ 'ਚ ਨਹੀਂ ਲਿਖਿਆ ਹੈ ਫਿਰ ਕਿਸੇ ਸਿੱਖ ਦਾ ਰੂਪ ਬਣ ਕੇ ਵਿਚਾਰ ਦੇ ਦਿੰਦੇ ਸੋਝੀ ਦੇ ਦਿੰਦੇ ਬੀਬੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਜਦੋਂ ਫਿਰ ਬੀਬੀ ਉਹ ਕਾਗਜ਼ ਕਲਮ ਲਿਆ ਕੇ ਅੱਗੇ ਰੱਖਦੀ ਹੈ ਫਿਰ ਗੁਰੂ ਬਣ ਕੇ ਆਪ ਹੀ ਤਰੁੱਟ ਕੇ ਦਾਤ ਵੀ ਦਿੰਦੇ ਸਾਰਿਆਂ ਵਿੱਚ ਆਪ ਵਰਤ ਰਹੇ ਹਨ ਆਪੇ ਕਿਸੇ ਕਸ ਬਖਸ਼ੈ ਮਹਾਰਾਜ ਕਹਿਣ ਲੱਗੇ ਆਪ ਹੀ ਉਹ ਪ੍ਰਮਾਤਮਾ ਕਸ ਕਹੀਏ ਕਸਵੱਟੀ ਕਸ ਕਹੀਏ ਤਾੜਨਾ ਤਾੜਨਾ ਦੇ ਕੇ ਬਖਸ਼ ਵੀ ਲੈਂਦਾ ਹੈ ਜਦੋਂ ਕੋਈ ਬੰਦਾ ਗਲਤੀ ਕਰਦਾ ਉਹਨੂੰ ਫਿਰ ਤਾੜਨਾ ਕਰਦਾ ਉਹਨੂੰ ਮਾਰ ਪਵਾਉਂਦਾ ਹੈ ਤੇ ਫਿਰ ਮਾਰ ਖਾ ਕੇ ਬੰਦਾ ਸਮਝ ਜਾਂਦਾ ਵੀ ਇਹ ਮੈਂ ਗਲਤੀ ਕੀਤੀ ਨਹੀਂ ਸੀ ਕਰਨੀ ਚਾਹੀ ਜਿਵੇਂ ਕੁੱਤਾ ਡੰਡੇ ਤੋਂ ਡਰਦਾ ਹੈ ਇਸ ਤਰ੍ਹਾਂ ਫਿਰ ਮਨੁੱਖਾਂ ਨੂੰ ਵੀ ਉਹ ਕਸ ਕਈਏ ਕਸਵੱਟੀ ਲਾਉਂਦਾ ਹੈ ਜਦੋਂ ਕਸਵੱਟੀ ਲੱਗਦੀ ਹੈ ਤੇ ਫਿਰ ਮਨੁੱਖ ਉਹਦੀ ਬੰਦਗੀ ਵਿੱਚ ਪੂਰੇ ਉਤਰ ਜਾਂਦੇ ਜਿਵੇਂ ਬਾਬਾ ਫਰੀਦ ਸਾਹਿਬ ਜੀ ਆਨੇ 48 ਸਾਲ ਤਪ ਕੀਤਾ ਆਪਣੀ ਜ਼ਿੰਦਗੀ ਚ 48 ਸਾਲ ਕਸਵੱਟੀ ਲੱਗੀ ਹੈ ਫਿਰ ਜਾ ਕੇ ਪ੍ਰਮਾਤਮਾ ਦੀ ਪ੍ਰਾਪਤੀ ਵਾਲੇ ਹੋਏ ਇਸ ਤਰ੍ਹਾਂ ਕਸ ਕਈਏ ਕਸਵੱਟੀ ਕਸਵੱਟੀ ਵੀ ਆਪ ਲਾਉਂਦਾ ਪਰਖ ਵੀ ਆਪ ਆਉਂਦਾ ਪਰਖ ਵਿੱਚੋਂ ਕੱਢਦਾ ਫਿਰ ਵਾਰ-ਵਾਰ ਆਪੇ ਕਿਸੇ ਹੀ ਕਸ ਕਸ ਕਈਏ ਗੁਰਮੁਖੋ ਕਸਵੱਟੀ ਲਾਉਣੀ ਕਸਵੱਟੀ ਲਾ ਕੇ ਉਹ ਬਖਸ਼ਦਾ ਵੀ ਫਿਰ ਆਪ ਹੈ ਮaaf ਵੀ ਕਰ ਦਿੰਦਾ ਆਪਣੇ ਵਿੱਚ ਮਲਾ ਲੈਂਦਾ ਫਿਰ ਫਰਮਾਉਂਦੇ ਖਾਨਾ ਆਪੇ ਕਿਸੇ ਹੀ ਕਸ ਬਖਸ਼ੇ ਕਸ ਨਾਮ ਗੁਰਮੁਖੋ ਤਾੜਨਾ ਦਾ ਵੀ ਹੈ ਸਜ਼ਾ ਦੇਣੀ ਸਜ਼ਾ ਵੀ ਦਿੰਦਾ ਹੈ ਸਜ਼ਾ ਦੇ ਕੇ ਫਿਰ ਬਖਸ਼ ਵੀ ਲੈਂਦਾ ਹੈ ਮਾਰ ਤੋ ਆ ਕੇ ਸਜ਼ਾ ਦੇ ਕੇ ਜਾਂਚਣਾ ਕਰਵਾ ਕੇ ਫਿਰ ਬਖਸ਼ ਲੈਂਦਾ ਹੈ ਫਿਰ ਫਰਮਾਉਦੇ ਹਨ ਆਪੇ ਕਿਸ ਕਸ ਬਖਸ਼ੇ ਗੁਰਮੁਖੋ ਕਸ ਫਾਰਸੀ ਦਾ ਸ਼ਬਦ ਹੈ ਕਸ ਤੋਂ ਭਾਵ ਹੁੰਦਾ ਗੁਰਮੁਖੋ ਆਦਮੀ ਜਿਹਨੂੰ ਆਪਾਂ ਕਹਿੰਦੇ ਨੇ ਮਨੁੱਖ ਉਹ ਪਰਮਾਤਮਾ ਇਹਨਾਂ ਮਨੁੱਖਾਂ ਨੂੰ ਆਪ ਹੀ ਬਖਸ਼ਣ ਵਾਲਾ ਹੈ ਮaaf ਕਰ ਦਿੰਦਾ ਸਾਰੇ ਮਨੁੱਖਾਂ ਨੂੰ ਆਪਣੀ ਸ਼ਰਨ ਦੇ ਕੇ ਆਪੇ ਦੇ ਲੈ ਭਾਈ ਏ ਉਹ ਆਪ ਹੀ ਦਿੰਦਾ ਹੈ ਸਭਨਾ ਜੀਆਂ ਦਾ ਇੱਕ ਦਾਤਾ ਸਾਰਿਆਂ ਨੂੰ ਦਿੰਦਾ ਪਿਆ ਹੈ ਆਪੇ ਫਿਰ ਦਿੱਤੀ ਦਾਤ ਨੂੰ ਲੈ ਵੀ ਲੈਂਦਾ ਹੈ ਵੱਡੇ ਵੱਡੇ ਰਾਜੇ ਰਾਜ ਕਮਾਉਂਦੇ ਪੈ ਕਦੇ ਨੰਗੇ ਪੈਰੀ ਦੌੜਦੇ ਪੈ ਰਾਜ ਭਾਖੋ ਵੀ ਲੈਂਦਾ ਆਪੇ ਹੀ ਦਿੰਦਾ ਹੈ ਆਪੇ ਹੀ ਫਿਰ ਉਹ ਪਰਮਾਤਮਾ ਲੈਂਦਾ ਹੈ اے ਭਾਈ ਦੇਣ ਵਾਲਾ ਵੀ ਆਪ ਹੈ ਦਿੱਤੀ ਦਾਤ ਨੂੰ ਵਾਪਸ ਲੈਣ ਵਾਲਾ ਵੀ ਆਪ ਹੈ ਆਪੇ ਤਨਖ ਆਪੇ ਸਰਬਾਣਾ ਉਹ ਪਰਮਾਤਮਾ ਤਨੁਖ ਰੂਪ ਆਪ ਹੈ ਤੀਰ ਕਮਾਨ ਜਿਹਨੂੰ ਆਪਾਂ ਕਹਿ ਦਿੰਦੇ ਤੀਰ ਕਮਾਨ ਵੀ ਆਪ ਤਨੁਖ ਵੀ ਆਪ ਹੈ ਤੇ ਬਾਨਾ ਕਹੀਏ ਤੀਰ 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 ਸਦਰਸ਼ ਵੀ ਆਪ ਹੈ ਤੀਰ ਵੀ ਆਪ ਹੈ ਕਮਾਨ ਵੀ ਆਪ ਹੋ ਰਿਹਾ ਹੈ ਫਿਰ ਫਰਮਾਉਂਦੇ ਹਨ ਆਪੇ ਧਨਖ ਆਪੇ ਸਰਬਣਾ ਆਪਾਂ ਇਸ ਤਰ੍ਹਾਂ ਕਹਿ ਲਈਓ ਪ੍ਰਮਾਤਮਾ ਜਿਹੜਾ ਹੈ ਆਪ ਹੀ ਸੁਧ ਮਨ ਰੂਪੀ ਧਨੁਖ ਹੈ ਆਪ ਹੀ ਆਤਮ ਵਿਸ਼ਿਆਨੀ ਬੁੱਧੀ ਰੂਪੀ کمان ਹੈ ਫਿਰ ਫਰਮਾਉਂਦੇ ਹਨ ਆਪੇ ਧਨਖ ਆਪੇ ਸਰਬਣਾ ਪ੍ਰਮਾਤਮਾ ਧਨੁਖ ਕਹੀਏ ਕਿਉਂ ਜਿਹੜਾ ਪ੍ਰਮਾਤਮਾ ਹੈ ਆਪ ਹੀ ਸਰ ਕਈਏ ਸ੍ਰੇਸ਼ਟ ਪ੍ਰੇਮ ਰੂਪੀ ਤੀਰ ਹੈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਗੁਰਬਾਣੀ ਦਾ ਬਚਨ ਹੈ ਪ੍ਰੇਮ ਰੂਪੀ ਤੀਰ ਵੀ ਆਪ ਹੀ ਹੈ ਕਈ ਵਾਰੀ ਕੋ ਇਹੋ ਜਿਹਾ ਪਿਆਰਾ ਬਚਨ ਗੁਰਬਾਣੀ ਵਿੱਚੋਂ ਸੁਣਦਾ ਕੀਰਤਨ ਕਥਾ ਵਿੱਚੋਂ ਸੁਣਦੇ ਆਂ ਵੀ ਉਹ ਬਚਨ ਮਨ ਵਿੱਚ ਘਾਰ ਹੀ ਕਰ ਜਾਂਦਾ ਹੈ ਮਨੁੱਖ ਦਾ ਜੀਵਨ ਬਦਲ ਜਾਂਦਾ ਹੈ ਉਹ ਪ੍ਰਮਾਤਮਾ ਤੀਰ ਕਹੀਏ ਪ੍ਰੇਮ ਰੂਪੀ ਬਾਣ ਮੇਰੇ ਤਨ ਪ੍ਰੇਮ ਲਗੋ ਹਰ ਤੀਰ ਪ੍ਰੇਮ ਰੂਪੀ ਤੀਰ ਮਾਰਨ ਵਾਲਾ ਆਪਣੀ ਸੋਝੀ ਦੇਣ ਵਾਲਾ ਗਿਆਨ ਵਾਲਾ ਵੀ ਆਪ ਹੈ ਆਪੇ ਸੁਗੜ ਸਰੂਪ ਸਿਆਣਾ ਉਹ ਪਰਮਾਤਮਾ ਸੁੰਦਰ ਸਰੂਪ ਹੈ ਦੁਨੀਆ ਵਿੱਚ ਬੜੇ ਬੜੇ ਸੋਹਣੇ ਨੇ ਪਰ ਪਰਮਾਤਮਾ ਵਰਗਾ ਸੋਹਣਾ ਕੋਈ ਨਹੀਂ ਹੈ ਉੱਥੇ ਜਾ ਕੇ ਸੁੰਦਰਤਾ ਹੀ ਖਤਮ ਹੋ ਜਾਂਦੀ ਹੈ ਐਸਾ ਉਹ ਸੁੰਦਰ ਸਰੂਪ ਹੈ ਤੇ ਪਾਤਸ਼ਾਹ ਕਹਿਣ ਲੱਗੇ ਸਿਆਣਾ ਬਹੁਤ ਹੀ ਚਤੁਰ ਹੈ ਪਰਮਾਤਮਾ ਨੂੰ ਛਲਿਆ ਨਹੀਂ ਜਾਂਦਾ ਬੰਦੇ ਨੂੰ ਛਾਲ ਲਵਾਂਗੇ ਦੋ ਚਾਰ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਰੱਬ ਨਹੀਂ ਛਲਿਆ ਜਾਂਦਾ ਉਹ ਬੜਾ ਹੀ ਚਤਰਾ ਹੈ ਉਹ ਬੜਾ ਹੀ ਸਿਆਣਾ ਹੈ ਸ੍ਰੇਸ਼ਟ ਘੜਤਾ ਨੂੰ ਘੜਨ ਵਾਲਾ ਹੈ ਕਹਤਾ ਬਖਤਾ ਸੁਣਤਾ ਸੋਈ ਉਹ ਕਹਤਾ ਕਈ ਕਹਿੰਦਾ ਵੀ ਆਪ ਹੈ ਜਿਵੇਂ ਉਹਨਾਂ ਆਪਾਂ ਕਥਾ ਸੁਣਦੇ ਪੈਣ ਕਥਾ ਕਹਾ ਵੀ ਆਪ ਹੀ ਰਿਹਾ ਕਥਾ ਕਹਿਣ ਵਾਲਾ ਵੀ ਆਪ ਹੈ ਤੇ ਬਖਤਾ ਬਖਤਾ ਕਹੀਏ ਬੋਲਣ ਵਾਲਾ ਕਹੌਣ ਵਾਲਾ ਵੀ ਆਪ ਹੈ ਪਿੱਛੋਂ ਤਾਕਤ ਦਿੰਦਾ ਪਿਆ ਤਾਂ ਹੀ ਆਪਾਂ ਬੋਲਦੇ ਪੈਣਾ ਕਥਾ ਕਹਾਣੀ ਕਹੌਣ ਵਾਲਾ ਆਪ ਹੈ ਬਖਤਾ ਬਣ ਕੇ ਫਿਰ ਕਹਿਣ ਵਾਲਾ ਆਪ ਹੈ ਤੇ ਸੁਣਤਾ ਜਿਹੜੇ ਸੰਗਤ ਵਿੱਚ ਆ ਕੇ ਬੈਠੇ ਸੁਣਦੇ ਪੈ ਸੁਣਨ ਵਾਲਾ ਵੀ ਆਪ ਹੈ ਕਹੌਂਦਾ ਵੀ ਆਪ ਹੀ ਪਿਆ ਕਹਿੰਦਾ ਵੀ ਆਪ ਹੀ ਪਿਆ ਅਤੇ ਸੁਣਦਾ ਵੀ ਆਪ ਹੀ ਪਿਆ ਹੈ ਸਾਰਿਆਂ ਥਾਵਾਂ ਤੇ ਆਪੇ ਹੀ ਸਮਾਇਆ ਹੋਇਆ ਹੈ ਇਰ ਫਰਮਾਉਂਦੇ ਹਾਂ ਨਾ ਕਹਤਾ ਬਖਤਾ ਸੁਨਤਾ ਸੋਈ ਵਿਦਾਂ ਨੂੰ ਕਹਿਣ ਵਾਲਾ ਬ੍ਰਹਮਾ ਹੈ ਬ੍ਰਹਮਾ ਰੂਪ ਵੀ ਆਪ ਹੋ ਕੇ ਵਿਦਾਂ ਨੂੰ ਕਹਿੰਦਾ ਪਿਆ ਹੈ ਉਹਨਾਂ ਵਿਦਾਂ ਦਾ ਜਿਹੜਾ ਉਪਦੇਸ਼ ਹੈ ਉਸ ਨੂੰ ਵਿਆਸ ਰਖੀ ਜੀ ਅੱਗੇ ਬੋਲ-ਬੋਲ ਕੇ ਗ੍ਰੰਥਾਂ ਵਿੱਚ ਲਿਖਦੇ ਪਏ ਵਿਆਸ ਰੂਪ ਵੀ ਆਪ ਹੋ ਰਿਹਾ ਤੇ ਸੁਨਤਾ ਸੁਣਨ ਵਾਲੇ ਜੈਵਨ मुनि ਵਰਗੇ ਜਿਹੜੇ ਚੇਲੇ ਸਨ ਵਿਆਸ ਜੀ ਦੇ ਸੁਣਨ ਵਾਲੇ ਜੈਵਨ ਮੁਨੀ ਵਰਗਿਆਂ ਦਾ ਰੂਪ ਵੀ ਮੁਨੀ ਵੀ ਆਪ ਹੋ ਰਿਹਾ ਵਿਆਸ ਵੀ ਆਪ ਹੀ ਹੈ ਬਰਮਾ ਵੀ ਆਪ ਸਾਰਿਆਂ ਵਿੱਚ ਆਪ ਆਇਆ ਫਿਰ ਫਰਮਾਉਂਦੇ ਹਨ ਕਹਤਾ ਬਖਤਾ ਸੁਨਤਾ ਸੋਈ ਕਹਤਾ ਕੌਣ ਹੈ ਪਰਮੇਸ਼ਰ ਪਰਮੇਸ਼ਰ ਕਹਿੰਦਾ ਹੈ ਜਿਹੜੀ ਗੱਲ ਤੇ ਬਖਤਾ ਫਿਰ ਗੁਰੂ ਪਾਤਸ਼ਾਹ ਉਸ ਗੱਲ ਨੂੰ ਅੱਗੇ ਕਹਿੰਦੇ ਨੇ ਜਿਵੇਂ ਬਚਨ ਆ ਗਿਆ ਨਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਸਤਿਗੁਰੂ ਕਹਿੰਦੇ ਹਉ ਆਪੋ ਕਛੂ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀ ਮੈਂ ਕੁਝ ਨਹੀਂ ਆਪ ਕਹਿ ਰਿਆ ਕਹਤਾ ਕਹੌਣ ਵਾਲਾ ਸਾਨੂੰ ਉਹ ਹੈ ਪ੍ਰਮਾਤਮਾ ਜਿਵੇਂ ਉਹ ਕਹਿੰਦਾ ਓਵੇਂ ਅਸੀਂ ਕਹਿੰਦੇ ਮੈਂ ਕਹਿਆ ਸਭ ਹੁਕਮਾਉ ਜੀ ਜਿਵੇਂ ਉਹਦਾ ਹੁਕਮ ਓਵੇਂ ਕਿਹਾ ਹੈ ਤੇ ਬਖਤਾ ਫਿਰ ਗੁਰੂ ਬਣ ਕੇ ਉਪਦੇਸ਼ ਦੇ ਦਿੰਦੇ ਜੋ ਪਰਮੇਸ਼ਰ ਕਹਿੰਦਾ ਫਿਰ ਗੁਰੂ ਉਸ ਬਚਨ ਨੂੰ ਅੱਗੇ ਸੰਗਤ ਨੂੰ ਦੱਸ ਦਿੰਦੇ ਤੇ ਸੁਣਤਾ ਸੰਗਤ ਫਿਰ ਜਿਹੜੀ ਗੁਰੂ ਦੀ ਸੰਗਤ ਹੈ ਉਹ ਸੰਗਤ ਵਿੱਚ ਆ ਕੇ ਸਰੋਤੇ ਫਿਰ ਬਚਨ ਸੁਣਦੇ ਕਥਾ ਕੀਰਤਨ ਸੁਣਦੇ ਸੁਣਨ ਵਾਲਾ ਵੀ ਆਪ ਹੀ ਬਣ ਕੇ ਬੈਠਾ ਹੈ ਆਪੇ ਬੰਦ ਬਣਾਈ ਹੈ ساری ਬੰਦ ਸ੍ਰਿਸ਼ਟੀ ਦੀ ਬਣਾوٹ ਜਿਹੜੀ ਬਨਾਵਟ ਹੈ ਇਹ ਜੋ ਕੁਝ ਵੀ ਬਣਿਆ ਸਾਡੇ ਸਰੀਰਾਂ ਦਾ ਆਕਾਰ ਬਣਿਆ ऐसे तरह ਸਾਡੇ ਘਰਾਂ ਦਾ ਆਕਾਰ ਬਣਿਆ ਹੈ ਧਰਤੀ ਦਾ ਆਕਾਰ ਚੰਦਰਮਾ ਦਾ ਆਕਾਰ ਜਿੰਨੀ ਵੀ ਬਣਤ ਬਣੀ ਘਾਟ ਤਕੜੀ ਹੈ ਸਭ ਨੂੰ ਆਪ ਬਣਾਉਣ ਵਾਲਾ ਹੈ ਕੌਣ ਗੁਰੂ ਪਾਣੀ ਪਿੱਤ ਜਾਤਾ ਸਤ ਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਜੋ ਗੁਰੂ ਹੈ ਉਹ ਪੌਣ ਰੂਪ ਹੈ ਜਗਤ ਦਾ ਗੁਰੂ ਪੌਣ ਹੈ ਜਿਵੇਂ ਹਵਾ ਹੈ ਨਾ ਹਵਾ ਨਾਲ ਰੁੱਖ ਪੌਦੇ ਪਰ ਫੁੱਲ ਧੁੰਦੇ ਪਸ਼ੂ ਪੰਛੀਆਂ ਨੂੰ ਸਾਹ ਆਉਂਦਾ ਸਾਨੂੰ ਵੀ ਸਾਹ ਆਉਂਦਾ ਉਹ ਗੁਰੂ ਰੂਪ ਹੈ ਗੁਰੂ ਰੂਪੀ ਪੌਣ ਕੀ ਹੈ ਜੋ ਗੁਰੂ ਉਪਦੇਸ਼ ਦਿੰਦੇ ਨੇ ਆਤਮਿਕ ਜੀਵਨ ਜਿਉਣ ਵਾਸਤੇ ਹਵਾ ਬੰਦ ਹੋ ਜਾਏ ਤੇ ਬੰਦਾ ਸਰੀਰਕ ਮੌਤ ਮਰ ਜਾਂਦਾ ਹੈ ਗੁਰੂ ਦਾ ਉਪਦੇਸ਼ ਨਾ ਮਿਲੇ ਤੇ ਆਤਮਿਕ ਮੌਤ ਮਰ ਜਾਂਦਾ ਹੈ ਇਸ ਕਰਕੇ ਗੁਰੂ ਬਣ ਕੇ ਇਹ ਹਵਾ ਕੀ ਦੇ ਰਿਹਾ ਹੈ ਜਿਹੜਾ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਪੈ ਇਹ ਕਿਰਪਾ ਕਰਦੇ ਖਾਨਾ ਔਣ ਗੁਰੂ ਪਾਣੀ ਪਿਤ ਜਾਤਾ ਅਤੇ ਇਸ ਤਰ੍ਹਾਂ ਜਿਹੜਾ ਪਾਣੀ ਹੈ ਪਹਿਲਾ ਪਾਣੀ ਜੀਵੋ ਹੈ ਜਿਤ ਹਰਿਆ ਸਭ ਕੋਏ ਪਾਣੀ ਨਾਲ ਹੀ ਜੀਵਨ ਹੈ ਪਾਚਾ ਕਹਿਣ ਲਗੇ ਪਿਤਾ ਪਾਣੀ ਜਾਂਤਾ ਹੈ ਉਸ ਪਾਣੀ ਨੂੰ ਅਸੀਂ ਪਿਤਾ ਜਾਣਿਆ ਹੈ ਜਿਸ ਕਰਕੇ ਸਾਰੀ ਇਹ ਦੁਨੀਆ ਚੱਲਦੀ ਪਈ ਹੈ ਸ੍ਰਿਸ਼ਟੀ ਚੱਲਦੀ ਪਈ ਹੈ ਜਿਵੇਂ ਪਿਤਾ ਆਪਣੇ ਬੱਚੇ ਨੂੰ ਪਾਲਦਾ ਹੈ ਇਸ ਤਰ੍ਹਾਂ ਪਾਣੀ ਵੀ ਸਾਨੂੰ ਪਾਲਦਾ ਹੈ ਸੋ ਇਸ ਤਰ੍ਹਾਂ ਦਾ ਉਹ ਪਰਮਾਤਮਾ ਹੈ ਮਹਾਰਾਜ ਫਰਮਾਉਂਦੇ ਹਨ ਪਉਣ ਗੁਰੂ ਪਾਣੀ ਪਿਤਾ ਜਤਾ ਇਸ ਤਰ੍ਹਾਂ ਪਉਣ ਕਈਏ ਜਿਹੜੀ ਹਵਾ ਹੈ ਹਵਾ ਗੁਰੂ ਰੂਪ ਹੋ ਰਹੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਮਾ ਧਰਤਮ ਹਤ ਇਹ ਬਚਨ ਗੁਰੂ ਪਾਤਸ਼ਾਹ ਨੇ ਸ਼ਲੋਕ ਦੇ ਰੂਪ ਵਿੱਚ ਲਿਖਿਆ ਹੈ ਉਹ ਪਵਨ ਜਿਹੜੀ ਹੈ ਉਹ ਗੁਰੂ ਰੂਪ ਹੈ ਅਤੇ ਪਿਤਾ ਜੋ ਪਾਣੀ ਰੂਪ ਹੈ ਬਾਦਸ਼ਾਹ ਫਰਮਾਉਂਦੇ ਹਨ ਪੌਣ ਗੁਰੂ ਪਾਣੀ ਪਿਜ ਜਾਤਾ ਉਧਰ ਸੰਜੋਗੀ ਧਰਤੀ ਮਾਤਾ ਇਹ ਜਿਹੜੀ ਧਰਤੀ ਹੈ ਜਿਹੜੀ ਸੰਜੋਗਾ ਕਰਕੇ ਸਾਨੂੰ ਮਿਲੀ ਹੈ ਇਹ ਧਰਤੀ ਦਾ ਸੰਜੋਗ ਹੋਣਾ ਹੀ ਇਹ ਜੀਵਾਂ ਵਾਸਤੇ ਇਹ ਧਰਤੀ ਮਾਤਾ ਰੂਪ ਹੈ ਜਿਵੇਂ ਬੱਚਾ ਮਾਤਾ ਦੇ ਪੇਟ ਵਿੱਚ ਪਲਦਾ ਹੈ ਇਸ ਤਰ੍ਹਾਂ ਇਹ ਧਰਤੀ ਵੀ ਜੀਵਾਂ ਨੂੰ ਪਾਲਦੀ ਹੈ ਤਾਂ ਧਰਤੀ ਨੂੰ ਮਾਤਾ ਆਖਿਆ ਹੈ ਬੱਚੇ ਦੇ ਸਰੀਰ ਦਾ ਆਕਾਰ ਬਣਦਾ ਦੁਨੀਆ ਤੇ ਆਉਂਦਾ ਪਲਦਾ ਹੈ ਉਹਦੇ ਅੰਗ ਪ੍ਰਤੰਗ ਬਣ ਜਾਂਦੇ ਇਸ ਤਰ੍ਹਾਂ ਇਹ ਧਰਤੀ ਵੀ ਜੀਵਾਂ ਨੂੰ ਪਾਲਦੀ ਹੈ ਜਿਹੜਾ ਹੈ ਅੰਨ ਦੇ ਕੇ ਕਿਸੇ ਨੂੰ ਘਾਹ ਦੇ ਕੇ ਕਿਸੇ ਨੂੰ ਮਾਸ ਦੇ ਕੇ ਜਿਵੇਂ ਜਿਵੇਂ ਦਾ ਕੋਈ ਭੋਜਨ ਖਾਂਦਾ ਹੈ ਸਾਰਿਆਂ ਨੂੰ ਭੋਜਨ ਧਰਤੀ ਤੋਂ ਮਿਲਦਾ ਹੈ ਜੇ ਸ਼ੇਰ ਮਾਸ ਦਾ ਸ਼ਿਕਾਰ ਕਰਦਾ ਤੇ ਉਸ ਨੂੰ ਸ਼ਿਕਾਰ ਵੀ ਧਰਤੀ ਤੋਂ ਮਿਲੇਗਾ ਗਊਆਂ ਜੇ ਘਾਹ ਖਾਂਦੀਆਂ ਤੇ ਘਾਹ ਵੀ ਧਰਤੀ ਤੋਂ ਮਿਲੇਗਾ ਮਨੁੱਖ ਜੇ ਅਨਾਜ ਖਾਂਦਾ ਹੈ ਤੇ ਅਨਾਜ ਵੀ ਧਰਤੀ ਤੋਂ ਮਿਲੇਗਾ ਸਾਰਿਆਂ ਨੂੰ ਧਰਤੀ ਕੋਲੋਂ ਹੀ ਸਭ ਕੁਝ ਮਿਲਦਾ ਹੈ ਜਿਵੇਂ ਮਾਂ ਬੱਚੇ ਨੂੰ ਪਾਲਦੀ ਹੈ ਆਪਣੇ ਪੇਟ ਵਿੱਚ ਰੱਖ ਕੇ ਤੇ ਬਾਅਦ ਜਨਮ ਦੇਣ ਤੋਂ ਬਾਅਦ ਵਿੱਚ ਇਸ ਤਰ੍ਹਾਂ ਇਹ ਧਰਤੀ ਵੀ ਜੀਵਾਂ ਨੂੰ ਪਾਲਦੀ ਹੈ ਸਾਰਿਆਂ ਜੀਵਾਂ ਨੂੰ ਰਿਜਕ ਦਿੰਦੀ ਪਈ ਹੈ ਫਿਰ ਮਹਾਰਾਜ ਫਰਮਾਉਂਦੇ ਹਨ ਉਦਰ ਸੰਜੋਗੀ ਧਰਤੀ ਮਾਤਾ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਇਸ ਤਰ੍ਹਾਂ ਪਵਨ ਗੁਰੂ ਇਹ ਜਿਹੜੀ ਸਾਡੇ ਸਰੀਰ ਦੇ ਅੰਦਰ ਹਵਾ ਚੱਲਦੀ ਪਈ ਹੈ ਜੀ ਦੇ ਨਾਲ ਸਾਡਾ ਸਰੀਰ ਚੱਲਦਾ ਹੈ ਇਹ ਗੁਰੂ ਰੂਪ ਪਵਨ ਹੈ ਅਤੇ ਪਾਣੀ ਪੀਤ ਜਾਤਾ ਜਿਸ ਪਾਣੀ ਤੋਂ ਅਸੀਂ ਸਾਡਾ ਸਰੀਰ ਬਣਿਆ ਹੈ ਸੋ ਮਹਾਰਾਜ ਜੀ ਦੀ ਬਾਣੀ ਦਾ ਬਚਨ ਹੈ ਆਪਾਂ ਗੁਰਬਾਣੀ ਦੇ ਅੰਦਰ ਸਰਵਣ ਕਰਦੇ ਹਾਂ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ ਇਹ ਸਾਰੇ ਸਰੀਰ ਪਾਣੀ ਤੋਂ ਬਣੇ ਬਿੰਦ ਤੋਂ ਬਣੇ ਇਹ ਬਿੰਦ ਰੂਪੀ ਉਹ ਪ੍ਰਮਾਤਮਾ ਆਪ ਹੀ ਹੈ ਅਤੇ ਐਸੇ ਤਰ੍ਹਾਂ ਜਨਮ ਲੈਣ ਵਾਲੀ ਜਿਹੜੀ ਕੋਖਾ ਹੈ ਉਹ ਕੋਖ ਰੂਪ ਵੀ ਆਪ ਹੈ ਅਤੇ ਇਸੇ ਤਰ੍ਹਾਂ ਜਨਮ ਦੇਣ ਵਾਲੀ ਮਾਂ ਵੀ ਉਹ ਪਰਮਾਤਮਾ ਆਪ ਹੀ ਹੈ ਜਨਮ ਦੇ ਕੇ ਪਾਲਣ ਵਾਲਾ ਵੀ ਉਹ ਆਪ ਹੈ ਸਾਰਿਆਂ ਸਾਵਾਂ ਤੇ ਆਪ ਹੀ ਸਮਾਰਿਆ ਹੈ ਰੈਣ ਦਿਨਸ ਦੋਈ ਧਾਈ ਦਾਇਆ ਇਹ ਰਾਤ ਦਿਨ ਇੱਕ ਧਾਈ ਹੈ ਤੇ ਇੱਕ ਧਾਇਆ ਹੈ ਪਹਿਲੇ ਸਮੇਂ ਦੇ ਵਿੱਚ ਜਿਹੜੇ ਅਮੀਰ ਘਰਾਣੇ ਸਨ ਉਹਨਾਂ ਵਿੱਚ ਬੱਚਿਆਂ ਨੂੰ ਖੜਾਉਣ ਵਾਲੇ ਜਿਹੜੇ ਵਿਅਕਤੀ ਸਨ ਜਿਹੜੀ ਇਸਤਰੀ ਹੈ ਉਸਨੂੰ ਦਾਈ ਕਿਹਾ ਜਾਂਦਾ ਸੀ ਅੱਜ ਵੀ ਆਪਾਂ ਇਹ ਸ਼ਬਦ ਆਮ ਹੀ ਸੁਣ ਲੈਂਦੇ ਦਾਈ ਜਿਦਾਂ ਕਿ ਹੁਣ ਬੱਚੇ ਦਾ ਜਨਮ ਹੋਵੇ ਤੇ ਅਸੀਂ ਹਸਪਤਾਲ ਵਗੈਰਾ ਚਲੇ ਜਾਂਦੇ ਹਾਂ ਪਹਿਲੇ ਸਮੇਂ ਵਿੱਚ ਦਾਈਆਂ ਜਿਹੜੀਆਂ ਸਨ ਇਹ ਬੱਚੇ ਨੂੰ ਜਨਮ ਦਿਵਾਉਣ ਦਾ ਕੰਮ ਕਰਦੀਆਂ ਸੋ ਇਸ ਤਰ੍ਹਾਂ ਦਾ ਇਹਨਾਂ ਨੂੰ ਗਿਆਨ ਧਿਆਨ ਸਮਝ ਵਗੈਰਾ ਸੀ ਸੋ ਉਹਨਾਂ ਨੂੰ ਦਾਈ ਕਿਹਾ ਜਾਂਦਾ ਜਨਮ ਦਿਵਾਉਣ ਵਾਲੀ ਔਰ ਬੱਚੇ ਨੂੰ ਖੜਾਉਣ ਵਾਲੀ ਬੱਚੇ ਨੂੰ ਪਾਲਣ ਵਾਲੀ ਉਸ ਦਾਈ ਦਾ ਜਿਹੜਾ ਘਰ ਵਾਲਾ ਹੈ ਉਸ ਨੂੰ ਦਾਇਆ ਕਿਹਾ ਜਾਂਦਾ ਜਿਹੜਾ ਬੱਚਿਆਂ ਨੂੰ ਸੈਰ ਵਗੈਰਾ ਕਰਾਉਂਦਾ ਹੈ ਬੱਚਿਆਂ ਨੂੰ ਇਸ਼ਨਾਨ ਕਰਾਉਣ ਵਿੱਚ ਮਦਦ ਕਰਾਉਂਦਾ ਹੈ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਭਾਈ ਇਹ ਜਿਹੜੀ ਰਾਤ ਹੈ ਨਾ ਇਹ ਤੇ ਦਾਈ ਹੈ ਤੇ ਜਿੰਨ ਦੇੜਾ ਇਹ ਦਾਇਆ ਹੈ ਦਿਨਸ ਰਾਤ ਉਹ ਦਾਈ ਦਾਇਆ ਖੇਲਾ ਹੈ ਸਗਲ ਸਗਲ ਜਗਤ ਸਾਰੀ ਦੁਨੀਆ ਇਹ ਦਾਈ ਦਾਇਆ ਦੇ ਹੱਥ ਵਿੱਚ ਖੇਡਦੀ ਪਈ ਹੈ ਕਦੇ ਰਾਤ ਚੁੱਕ ਲੈਂਦੀ ਹੈ ਕਦੇ ਦਿਨ ਚੁੱਕ ਲੈਂਦਾ ਹੈ ਸਾਰੀ ਦੁਨੀਆ ਨੂੰ ਖੇਡ ਵਿੱਚ ਪ੍ਰਮਾਤਮਾ ਨੇ ਲਾਇਆ ਹੈ ਇਹ ਰਾਤ ਦਿਨ ਗੁਰਮਖੋ ਜਿਹੜੇ ਦਾਈ-ਦਾਏ ਦਾ ਕੰਮ ਕਰਦੇ ਪੈ ਇਹ ਸਾਨੂੰ ਖੜਾਉਂਦੇ ਪੈ ਸਾਡੀ ਪਾਲਣਾ ਕਰਦੇ ਹਨ ਜੱਗ ਖੇਲਾ ਖਿਲਾਈ ਹੈ ਇਹ ਜਿਹੜਾ ਜੱਗ ਸੰਸਾਰ ਹੈ ਪ੍ਰਮਾਤਮਾ ਤੇਰਾ ਹੀ ਖੇਲ ਹੈ ਤੂੰ ਕਿਰਪਾ ਕੀਤੀ ਤੇ ਸਾਰਾ ਸੰਸਾਰ ਤੇਰੇ ਹੁਕਮ ਦੇ ਵਿੱਚ ਖੇਡਦਾ ਪਿਆ ਹੈ ਜਿਵੇਂ ਦਾਈਆਂ-ਦਾਏ ਪਹਿਲੇ ਸਮੇਂ ਵਿੱਚ ਬੱਚਿਆਂ ਨੂੰ ਖੜਾਇਆ ਕਰਦੇ ਪਾਲਿਆ ਕਰਦੇ ਇਸ ਤਰ੍ਹਾਂ ਇਹ ਦਿਨ ਤੇ ਰਾਤ ਵੀ ਤੇਰੀ ਦਾਈ ਤੇ ਦਾਇਆ ਹੀ ਹੈ ਜੋ ਸਾਰੇ ਸੰਸਾਰ ਨੂੰ ਕਿਤੇ ਜਨਮ ਦਵਾ ਰਿਹਾ ਕਿਤੇ ਜੀਵਾਂ ਨੂੰ ਪਾਲਦਾ ਪਿਆ ਕਿਤੇ ਖਣਾਉਂਦਾ ਪਿਆ ਇਹ ਸਾਰੀ ਤੇਰੀ ਕੁਦਰਤ ਹੈ ਆਪੇ ਮਛਲੀ ਆਪੇ ਜਾਲ ਉਹ ਪ੍ਰਮਾਤਮਾ ਮੱਛੀ ਰੂਪ ਆਪ ਹੈ ਤੇ ਮੱਛੀ ਨੂੰ ਫੜਨ ਵਾਲਾ ਜਿਹੜਾ ਜਾਲ ਹੈ ਜਿਹਦੇ ਵਿੱਚ ਮੱਛੀ ਫਸ ਜਾਂਦੀ ਉਹ ਜਾਲ ਰੂਪ ਵੀ ਆਪ ਹੀ ਹੈ ਮੱਛੀ ਵੀ ਆਪ ਹੋ ਰੇ ਜਾਲ ਵੀ ਆਪ ਹੀ ਹੈ ਫਿਰ ਫਰਮਾਉਂਦੇ ਹਾਂ ਆਪੇ ਮੱਛਲੀ ਆਪੇ ਜਾਲਾ ਉਹ ਪ੍ਰਮਾਤਮਾ ਜਿਹੜਾ ਹੈ ਜੀਵ ਰੂਪੀ ਮੱਛੀ ਹੈ ਆਪਾਂ ਜਿੰਨੇ ਜੀਵ ਹਨ ਆਪਾਂ ਵੀ ਮੱਛੀਆਂ ਹੀ ਆ ਤੇ ਫੜੇ ਕਿਵੇਂ ਜਾਂਦੇ ਹਾਂ ਆਪੇ ਜਾਲਾ ਅਸੀਂ ਮੋਹ ਦੇ ਜਾਲ ਵਿੱਚ ਫੜੇ ਗਏ ਹਾਂ ਜਿਵੇਂ ਮੱਛੀ ਜਾਲ ਵਿੱਚ ਫੜ ਜਾਂਦੀ ਹੈ ਇਸ ਤਰ੍ਹਾਂ ਅਸੀਂ ਵੀ ਜੀਵ ਮੱਛੀਆਂ ਹੀ ਆ ਤੇ ਸਾਨੂੰ ਮੋਹ ਦੇ ਜਾਲ ਵਿੱਚ ਉਹਨੇ ਫੜ ਛੱਡਿਆ ਕਿਸੇ ਨੂੰ ਘਰ ਵਾਲੀ ਦਾ ਮੋਹ ਹੈ ਕਿਸੇ ਨੂੰ ਪਤੀ ਦਾ ਮੋਹ ਹੈ ਕਿਸੇ ਨੂੰ ਬੱਚੇ ਦਾ ਮੋਹ ਹੈ ਕਿਸੇ ਨੂੰ ਭੈਣ ਭਰਾ ਦਾ ਮੋਹ ਹੈ ਇਹ ਮੋਹ ਰੂਪੀ ਜਾਲ ਉਹਨੇ ਸਾਨੂੰ ਪਾ ਕੇ ਸਭ ਨੂੰ ਫੜਿਆ ਹੋਇਆ ਮਹਾਰਾਜ ਫਰਮਾਉਂਦੇ ਹਨ ਆਪੇ ਗਉ ਆਪੇ ਰਖਵਾਲਾ ਇਹ ਜਿਹਨੀਆਂ ਗਊਆਂ ਤੁਰੀਆਂ ਫਿਰਦੀਆਂ ਇਹ ਗਊਆਂ ਰੂਪ ਵੀ ਆਪ ਹੈ ਆਪ ਹੀ ਇਹਨਾਂ ਗਊਆਂ ਦੀ ਰਖਿਆ ਕਰਨ ਵਾਲਾ ਰਖਵਾਲਾ ਵੀ ਆਪ ਹੋ ਰਿਹਾ ਹੈ ਫਿਰ ਫਰਮਾਉਂਦੇ ਹਨ ਆਪੇ ਗਉ ਆਪੇ ਰਖਵਾਲਾ ਉਹਨਾਂ ਗਊਆਂ ਦੀ ਰਖਿਆ ਕਰਨ ਵਾਲਾ ਕ੍ਰਿਸ਼ਨ ਰੂਪ ਵੀ ਉਹ ਆਪ ਹੈ ਤੇ ਉਹਨਾਂ ਉਹ ਜਿਹੜੀਆਂ ਗਊਆਂ ਚਰਦੀਆਂ ਪਈਆਂ ਉਹ ਵੀ ਉਹ ਪਰਮਾਤਮਾ ਆਪ ਹੀ ਹੈ ਫਿਰ ਫਰਮਾਉਂਦੇ ਹਨ ਆਪੇ ਗਉ ਆਪੇ ਰਖਵਾਲਾ ਆਪੇ ਮਛੇ ਆਪੇ ਜਾਲਾ ਉਹ ਜੋ ਪ੍ਰਮਾਤਮਾ ਹੈ ਕਹਿਣ ਲੱਗੇ ਉਹ ਐਸਾ ਹੈ ਕਿ ਉਸ ਪ੍ਰਮਾਤਮਾ ਜਾਲ ਕੀ ਜਮਾ ਦਾ ਰੂਪ ਹੋ ਰਿਹਾ ਜਿਵੇਂ ਜਮਾ ਕੋਲੋਂ ਬਚਿਆ ਨਹੀਂ ਨਾ ਜਾ ਸਕਦਾ ਇਸ ਤਰ੍ਹਾਂ ਜਮਾ ਰੂਪੀ ਜਾਲ ਵੀ ਉਹਨੇ ਸਾਡੇ ਤੇ ਪਾਇਆ ਹੋ ਜਿੰਨਾ ਮਰਜ਼ੀ ਅਸੀਂ ਭੱਜ ਲਈਏ ਦੇਸ ਵਿਦੇਸ ਚਲੇ ਜਾਈਏ ਜਮਾ ਦੇ ਜਾਲ ਤੋਂ ਬਚਿਆ ਨਹੀਂ ਜਾਂਦਾ ਜਮ ਜਾਲ ਪਾ ਹੀ ਲੈਂਦਾ ਆ ਕੇ ਫਾੜ ਹੀ ਲੈਂਦਾ ਹੈ ਉਹ ਜਮਾ ਦਾ ਜਾਤ ਰੂਪ ਆਪੇ ਹੀ ਹੋ ਰਿਹਾ ਹੈ ਆਪੇ ਗਉ ਆਪੇ ਰਖਵਾਲਾ ਇਹ ਜਿਹੜੇ ਧਾਰਮਿਕ ਗ੍ਰੰਥ ਨੇ ਜਿਵੇਂ 52 ਉਪਨਿਸ਼ਦ ਨਾਮ ਦੇ ਗ੍ਰੰਥ ਨੇ ਸਨਾਤਨ ਮਤ ਵਿੱਚ ਕਹਿਣ ਲੱਗੇ ਉਹ ਜੜੀਆਂ ਉਪਨਿਸ਼ਦ ਨਾਮ ਦੇ ਗ੍ਰੰਥ ਨੇ ਇਹ ਗਉਆਂ ਵੀ ਆਪ ਹੀ ਉਹ ਪ੍ਰਮਾਤਮਾ ਹੋ ਰਿਹਾ ਹੈ ਅਤੇ ਫਿਰ ਰਖਵਾਲਾ ਉਹ ਬ੍ਰਹਮ ਰੂਪ ਵੀ ਬਰਮਾ ਬ੍ਰਹਮ ਬਣ ਕੇ ਪਰਮੇਸ਼ਰ ਆਪ ਹੀ ਇਹਨਾਂ ਸਾਰੇ ਗ੍ਰੰਥਾਂ ਦੀ ਰਖਿਆ ਕਰਨ ਵਾਲਾ ਹੈ ਫਿਰ ਫਰਮਾਉਂਦੇ ਹਨ ਆਪੇ ਮਛਲੀ ਆਪੇ ਜਾਲਾ ਆਪੇ ਗਉ ਆਪੇ ਰਖਵਾਲਾ ਉਹ ਪ੍ਰਮਾਤਮਾ ਆਪੇ ਗਉ ਕਹੀਏ ਸਾਡੀਆਂ ਇੰਦਰੀਆਂ ਸਾਡੀਆਂ ਅੱਖਾਂ ਸਾਡੇ ਕੰਨ ਨੱਕ ਇਹ ਜਿੰਨੇ ਸਾਡੇ ਸਰੀਰ ਦੇ ਅੰਦਰ ਪੁਰਜੇ ਕੰਮ ਕਰਦੇ ਪਏ ਇਹ ਸਾਰਾ ਕੁਝ ਉਹ ਆਪ ਹੀ ਹੈ ਅਤੇ ਇਸੇ ਤਰ੍ਹਾਂ ਰਖਵਾਲਾ ਉਹ ਆਪ ਹੀ ਇਹਨਾਂ ਦੀ ਫਿਰ ਰੱਖਿਆ ਵੀ ਕਰਦਾ ਹੈ ਅੱਖਾਂ ਵਿੱਚ ਕੋਈ ਕਣ ਮਿੱਟੀ ਪਵੇ ਤੇ ਪਲਕਾਂ ਆਪੇ ਹੀ ਬੰਦ ਹੋ ਜਾਂਦੀਆਂ ਹਨ ਇਸ ਤਰ੍ਹਾਂ ਉਹ ਸਰੀਰ ਦੀਆਂ ਇੰਦਰੀਆਂ ਨੂੰ ਬਚਾਉਣ ਉਹ ਕੰਮ ਰੱਖਿਆ ਵੀ ਆਪ ਕਰਦਾ ਆਪੇ ਮੱਛਲੀ ਆਪੇ ਜਾਲਾ ਸੋ ਉਹ ਪ੍ਰਮਾਤਮਾ ਆਪ ਹੀ ਜਿਹੜਾ ਹੈ ਜਾਲਾ ਕਹੀਏ ਉਹ ਜਾਲ ਰੂਪ ਹੈ ਜਾਲਾ ਪਾਠ ਕਰਨਾ ਹੈ ਜਾਲਾ ਨਹੀਂ ਹੈ ਕਿ ਮਹਾਰਾਜ ਕਹਿਣ ਲੱਗੇ ਭਾਈ ਆਪ ਹੀ ਆਪ ਹੀ ਉਹ ਸਾਡੇ ਸਰੀਰ ਦੇ ਅੰਗਾਂ ਪ੍ਰਤੰਗਾਂ ਦੀ ਰਖਿਆ ਵੀ ਕਰਦਾ ਹੈ ਆਪੇ ਗਾਓ ਆਪੇ ਰਖਵਾਲਾ ਸਾਰਿਆਂ ਦੀ ਰਖਿਆ ਆਪੇ ਕਰਨ ਵਾਲਾ ਹੈ ਸਰਬ ਜੀਆਂ जग ਜੋਤ ਤੁਮਾਰੀ ਜਿੰਨੇ ਵੀ ਜੀਵ ਨੇ ਪਰਮਾਤਮਾ ਸਾਰਿਆਂ ਵੀ ਤੇਰੀ ਜੋਤ ਹੈ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਾਟ ਘਾਟ ਹਰ ਰੰਗ ਰੰਗਨਾ ਕੋਈ ਐਹੋ ਜੀ ਜਗਾ ਨਹੀਂ ਹੈ ਜਿੱਥੇ ਤੇਰੀ ਜੋਤ ਨਹੀਂ ਕੰਮ ਕਰਦੀ ਹੈ ਜੈਸੀ ਪ੍ਰਭ ਫਰਮਾਈ ਹੈ ਅਤੇ ਜਿਵੇਂ ਦੀ ਆਪ ਆਗਿਆ ਕਰਦੇ ਹੋ ਜੀਵ ਕੰਮ ਵੀ ਤਾਂ ਹੀ ਕਰਦੇ ਪਰਮਾਤਮਾ ਜਿਵੇਂ ਆ ਆ ਫਰਮਾਉਂਦੇ ਉਹ ਨਾ ਹੁਕਮ ਕਰਦੇ ਉਸੇ ਤਰ੍ਹਾਂ ਇਹ ਸਾਰੇ ਜੀਵ ਕੰਮ ਕਰਦੇ ਹਨ ਆਪੇ ਜੋਗੀ ਆਪੇ ਭੋਗੀ ਉਹ ਪਰਮਾਤਮਾ ਜੋਗੀ ਮਹਾਤਮਾ ਰੂਪ ਵੀ ਆਪ ਹੈ ਮਹਾਤਮਾ ਮਹਾਂਪੁਰਖ ਉਪਦੇਸ਼ ਦੇਣ ਵਾਲੇ ਸੰਗਤ ਸਾਨੂੰ ਕਰਾਉਣ ਵਾਲੇ ਰੱਬ ਦੇ ਨਾਮ ਨੂੰ ਜਪੌਣ ਵਾਲੇ ਉਹ ਮਹਾਤਮਾ ਜਿਹੜੇ ਗੁਰਮੁਖ ਨੇ ਉਹ ਵੀ ਪਰਮਾਤਮਾ ਦਾ ਰੂਪ ਹਨ ਤੇ ਭੋਗੀ ਭੋਗੀ ਕਈਏ ਗ੍ਰਿਸ਼ਤੀ ਪਰਿਵਾਰ ਵਾਲੇ ਸਾਡੇ ਵਰਗੇ ਜਿਹੜੇ ਉਹਨਾਂ ਮਹਾਤਮਾ ਨੂੰ ਘਰ ਆਿਆਂ ਨੂੰ ਪ੍ਰਸ਼ਾਦਾ ਸ਼ਕਾਉਂਦੇ ਉਹ ਗ੍ਰਿਸ਼ਤੀ ਵੀ ਉਹ ਆਪ ਹੀ ਹੋ ਰਿਹਾ ਹੈ ਪਰਮਾਤਮਾ ਸਾਧੂ ਵੀ ਆਪ ਹੀ ਹੈ ਤੇ ਉਹ ਸਾਧੂ ਨੂੰ ਪ੍ਰਸ਼ਾਦਾ ਸ਼ਕਾਉਣ ਵਾਲਾ ਗ੍ਰਿਸ਼ਤੀ ਉਹ ਵੀ ਪਰਮਾਤਮਾ ਆਪ ਹੈ ਫਿਰ ਫਰਮਾਉਂਦੇ ਹਨ ਆਪੇ ਜੋਗੀ ਆਪੇ ਭੋਗੀ ਜੋਗੀ ਕਹੀਏ ਜਿਹੜਾ ਸਭ ਤੋਂ ਵੱਡਾ ਜੋਗੀ ਸ਼ਿਵਜੀ ਹੈ ਜੋਗੀ ਕਿੱਥੋਂ ਚੱਲੇ ਨੇ ਜੋਗੀਆਂ ਦਾ ਗੁਰੂ ਸ਼ਿਵਜੀ ਮੰਨਿਆ ਹੈ ਕਿਉਂਕਿ ਮਸ਼ੰਦਰਨਾਥ ਜਿਹੜਾ ਜੋਗੀਆਂ ਦਾ ਗੁਰੂ ਹੈ ਤੇ ਮਸ਼ੰਦਰਨਾਥ ਸ਼ਿਵਜੀ ਦਾ ਚੇਲਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਆਪੇ ਜੋਗੀ ਉਹ ਸ਼ਿਵਜੀ ਰੂਪ ਵੀ ਆਪ ਹੀ ਹੈ ਸ਼ਿਵਜੀ ਵਿੱਚ ਵੀ ਆਪ ਰੱਬ ਬੈਠਾ ਹੈ ਆਪੇ ਭੋਗੀ ਭੋਗ ਲਾਉਣ ਵਾਲਾ ਆਨੰਦ ਲੈਣ ਵਾਲਾ ਸਵਾਦ ਲੈਣ ਵਾਲਾ ਕੌਣ ਹੈ ਕਹਿੰਦੇ ਉਹ ਕ੍ਰਿਸ਼ਨ ਹੈ ਭਗਵਾਨ ਕ੍ਰਿਸ਼ਨ ਉਹ ਕ੍ਰਿਸ਼ਨ ਰੂਪ ਹੋ ਕੇ ਆਪ ਹੀ ਭੋਗਾ ਨੂੰ ਭੋਗਦਾ ਵੀ ਪਿਆ ਹੈ ਉਹਦੇ ਵਿੱਚ ਸਮਾਇਆ ਹੋਇਆ ਹੈ ਮਹਾਰਾਜ ਫਰਮਾਉਂਦੇ ਹਨ ਆਪੇ ਰਸੀਆ ਪਰਮ ਸੰਜੋਗੀ ਉਹ ਆਪ ਹੀ ਰਸੀਆ ਰਸ ਲੈਣ ਵਾਲਾ ਹੈ ਅੰਮ ਕਿੰਨਾ ਸਵਾਦ ਹੈ ਉਹ ਪ੍ਰਮਾਤਮਾ ਅੰਮ ਦਾ ਰੂਪ ਵੀ ਹੈ ਅੰਮ ਦੇ ਵਿੱਚ ਸਵਾਦ ਭਰਨ ਵਾਲਾ ਵੀ ਆਪ ਹੈ ਸਾਡੀ ਜੁਬਾਨ ਤੇ ਬੈਠ ਕੇ ਉਹ ਸਵਾਦ ਨੂੰ ਲੈਣ ਵਾਲਾ ਵੀ ਆਪ ਹੀ ਹੈ ਆਪ ਹੀ ਇਹਨਾਂ ਰਸਾਂ ਦੇ ਸਵਾਦ ਨੂੰ ਲੈਂਦਾ ਹੈ ਫਿਰ ਫਰਮਾਉਂਦੇ ਹਨ ਆਪੇ ਰਸਿਆ ਪਰਮ ਸੰਜੋਗੀ ਰਸਿਆ ਨਾਮ ਗੁਰਮਖੋ ਪ੍ਰੇਮੀ ਦਾ ਹੈ ਉਹ ਪ੍ਰਮਾਤਮਾ ਆਪ ਹੀ ਪ੍ਰੇਮ ਰੂਪ ਹੋ ਰਿਹਾ ਹੈ ਬਚਨ ਆਪਾਂ ਪੜ੍ਹਦੇ ਹਾਂ ਮਹਾਰਾਜ ਕਹਿਣ ਲੱਗੇ ਭਾਈ ਜਤਰ ਤਤਰ ਦਿ사 ਵਿ사 ਹੋਏ ਫੈਲਿਓ ਅਨੁਰਾਗ ਅਨੁਰਾਗ ਨਾਮ ਪ੍ਰੇਮ ਦਾ ਹੀ ਹੈ ਜਿੱਧਰ ਕਿਧਰ ਸਾਰਿਆਂ ਸਮਾਂ ਤੇ ਉਹ ਪ੍ਰੇਮ ਰੂਪ ਹੋ ਕੇ ਵਸਿਆ ਹੋਇਆ ਹੈ ਅਤੇ ਪਰਮ ਸੰਜੋਗੀ ਬ੍ਰह्म ਸਰੂਪ ਹੈ ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਉਸ ਪਰਮਾਤਮਾ ਦੀ ਪ੍ਰਾਪਤੀ ਪਰਮ ਸੰਜੋਗੀ ਵੱਡਿਆਂ ਭਾਗਾਂ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ ਆਪੇ ਵੇ ਬਾਣੀ ਨਿਰੰਕਾਰੀ ਉਹ ਪਰਮਾਤਮਾ ਆਪ ਹੀ ਵੇ ਬਾਣੀ ਹੈ ਵੇ ਬਾਣੀ ਤੋਂ ਭਾਵ ਹੁੰਦਾ ਖੋਟੀ ਬਾਣੀ ਤੋਂ ਰਹਿਤ ਹੈ ਪਰਮਾਤਮਾ ਕਦੇ ਕਿਸੇ ਨੂੰ ਮਾੜਾ ਬਚਨ ਨਹੀਂ ਬੋਲਦਾ ਹੈ ਕੌੜਾ ਬੋਲ ਨ ਜਾਣਾ ਹੈ ਪੂਰਨ ਭਗਵਾਨ ਹੈ ਗੁਰਬਾਣੀ ਦਾ ਬਚਨ ਹੈ ਅਸੀਂ ਇੱਕ ਦੂਜੇ ਨੂੰ ਗਾਲ ਮੰਦਾ ਦੇ ਲੈਂਦੇ ਹਾਂ ਮਾੜਾ ਚੰਗਾ ਊਚਾ ਨੀਵਾ ਬਚਨ ਗੁੱਸੇ ਵਿੱਚ ਕਰ ਲਈਦਾ ਹੈ ਪਰਮਾਤਮਾ ਕਦੇ ਕੌੜਾ ਬਚਨ ਮਾੜਾ ਬਚਨ ਗਾਲ ਮੰਦੇ ਵਾਲਾ ਬਚਨ ਨਹੀਂ ਬੋਲਦਾ ਸੋ ਮਹਾਰਾਜ ਦੀ ਬਾਣੀ ਦਾ ਆਪਾਂ ਇਹ ਬਚਨ ਪੜ੍ਹਿਆ ਹੈ ਨਾ ਸਤਿਗੁਰੂ ਕਹਿਣ ਲੱਗੇ ਭਾਈ ਉਹ ਪਰਮਾਤਮਾ ਸਦਾ ਮਿੱਠਾ ਹੀ ਬਚਨ ਬੋਲਦਾ ਹੈ ਕੌਣਾ ਬੋਲ ਨਾ ਜਾਣੇ ਕੌੜਾ ਬਚਨ ਤੇ ਕਰਦਾ ਹੀ ਨਹੀਂ ਕਿਸੇ ਨਾਲ ਤਾਂ ਹੀ ਗੁਰੂ ਪਾਤਸ਼ਾਹ ਨੇ ਸਾਨੂੰ ਅਮਰ ਦੀ ਦਾਤ ਦੇ ਕੇ ਆਖਿਆ ਮੇਰਾ ਸਿੱਖ ਕਿਸੇ ਨੂੰ ਗਾਲ ਨਾ ਦੇਵੇ ਮਾੜਾ ਬਚਨ ਨਾ ਕਿਸੇ ਦੇ ਨਾਲ ਬੋਲੇ ਮਿੱਠਾ ਹੀ ਬਚਨ ਬੋਲੇ ਆਪੇ ਵੇ ਬਾਣੀ ਉਹ ਖੋਟੀ ਬਾਣੀ ਤੋਂ ਰਹਿਤ ਹੈ ਪ੍ਰਮਾਤਮਾ ਇਸੇ ਤਰ੍ਹਾਂ ਫਿਰ ਫਰਮਾਉਂਦੇ ਹਨ ਆਪੇ ਵੇ ਬਾਣੀ ਨਿਰੰਕਾਰੀ ਗੁਰਮਖੋ ਵੇ ਬਾਣੀ ਤੋਂ ਭਾਵੇ ਆ ਵੀ ਸੰਸਾਰ ਉਜਾੜ ਵਿੱਚ 헤ਂ ਦਰੰਕਾਰ ਤੂੰ ਆਪ ਹੀ ਬੈਠਾ ਹੋਇਆ ਵੇ ਬਾਣੀ ਇਹ ਜਿਹੜਾ ਸੰਸਾਰ ਹੈ ਨਾ ਉਜਾੜ ਇਹਦੇ ਵਿੱਚ ਵੀ ਉਹ ਪਰਮਾਤਮਾ ਆ ਬੈਠਾ ਹੋਇਆ ਹੈ। ਨਿਰਭਉ ਤਾੜੀ ਲਾਈ ਏ। ਤਾੜੀ ਨਾਮ ਸਮਾਦੀ ਦਾ ਹੈ। ਸਮਾਦੀ ਲਾਉਣ ਵਾਲਾ ਵੀ ਉਹ ਪਰਮਾਤਮਾ ਆਪ ਹੈ। ਖਾਣੀ ਬਾਣੀ ਤੁਝੇ ਸਮਾਣੀ। ਮੋਖੋ ਚਾਰ ਖਾਣੀਆਂ ਨੇ ਜਿੱਥੋਂ ਦੁਨੀਆ ਬਣੀ ਹੈ। ਖਾਨ ਨਾਮ ਹੈ ਜਿੱਥੋਂ ਦੁਨੀਆ ਬਣਦੀ ਹੈ। ਚਾਰ ਖਾਣੀਆਂ ਅੰਡਜ, ਜੇਰਜ, ਸੇਤਜ ਕੀਨੀ, ਉਤਪੁਜ ਖਾਨ, ਬਹੁਰ, ਰਚਦੀਨੀ। ਆਂਡਿਆਂ ਤੋਂ ਪੈਦਾ ਹੋਣ ਵਾਲੇ, ਜੇਰ ਤੋਂ ਪੈਦਾ ਹੋਣ ਵਾਲੇ। ਐਸੇ ਤਰ੍ਹਾਂ ਆਪਾਂ ਕਹਿ ਲਈਏ ਪਸੀਨੇ ਤੋਂ ਪੈਦਾ ਹੋਣ ਵਾਲੇ ਤੇ ਧਰਤੀ ਤੋਂ ਪੈਦਾ ਹੋਣ ਵਾਲੇ ਇਹਨਾਂ ਚਾਰੇ ਖਾਣੀਆਂ ਵਿੱਚ ਤੂੰ ਵਸਿਆ ਹੋਇਆ ਹੈ ਖਾਣੀ ਤੇ ਬਾਣੀ ਚਾਰ ਬਾਣੀਆਂ ਨੇ ਜਿਸ ਨੂੰ ਕਿਹਾ ਜਾਂਦਾ ਹੈ ਇਹ ਬੈਖਰੀ ਬਾਣੀ ਹੈ ਇਹ ਮਦਮਾ ਬਾਣੀ ਹੈ ਇਹ ਪਸੰਤੀ ਬਾਣੀ ਹੈ ਇਹ ਜਿਹੜੀਆਂ ਬਾਣੀਆਂ ਨੇ ਇਹਨਾਂ ਬਾਣੀਆਂ ਵਿੱਚ ਵੀ ਉਹ ਸਮਾਇਆ ਹੋਇਆ ਹੈ ਇੱਕ ਬਾਣੀ ਜ਼ੁਬਾਨ ਤੇ ਚੱਲਦੀ ਹੈ ਜਦੋਂ ਅਸੀਂ ਬੋਲਦੇ ਹਾਂ ਇੱਕ ਬਾਣੀ ਸਾਡੇ ਗਲੇ ਵਿੱਚ ਚੱਲਦੀ ਹੈ ਇੱਕ ਬਾਣੀ ਸਾਡੇ ਹਿਰਦੇ ਵਿੱਚ ਚਲਦੀ ਹੈ ਇੱਕ ਬਾਣੀ ਜਾ ਕੇ ਧੁੰਨੀ ਵਿੱਚ ਚਲਦੀ ਹੈ ਇਹਨਾਂ ਬਾਣੀਆਂ ਦੀ ਰਫ਼ਤਾਰ ਇੱਕ ਦੂਜੇ ਤੋਂ 100 100 ਗੁਣਾ ਵੱਧ ਜਾ ਕੇ ਬਣਦੀ ਹੈ ਜਿਹਦਾ ਜਾਪ ਧੁੰਨੀ ਵਿੱਚ ਚਲੇ ਜਾਂਦਾ ਹੈ ਨਾ ਉਹ ਫਿਰ ਇੱਕ ਵਾਰੀ ਵਾਹਿਗੁਰੂ ਕਹਿੰਦਾ ਤੇ ਸਾਰੇ ਸਰੀਰ ਦੇ ਰੋਮਾਂ ਦੇ ਵਿੱਚੋਂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ ਜਿਵੇਂ ਬਾਣੀ ਦਾ ਬਚਨ ਜੋ ਕੱਲ ਕੋ ਇੱਕ ਵਾਰ ਤੇ ਆ ਹੈ ਬਾਣੀ ਦਾ ਬਚਨ ਹੈ ਨਾ ਇੱਕ ਵਾਰ ਤੇ ਹੋਣ ਤੋਂ ਉਹ ਅਵਸਥਾ ਦੇ ਵਿੱਚ ਜਾ ਕੇ ਜਦੋਂ ਤੇਰੀ ਧੁੰਨੀ ਵਿੱਚੋਂ ਨਿਕਲੇਗੀ ਨਾ ਉਹ ਅਵਸਥਾ ਬਾਣੀ ਪੜ ਕੇ ਸਿਮਰਨ ਕਰਕੇ ਉਸ ਅਵਸਥਾ ਦਾ ਮਾਲਕ ਬਣੇਗਾ ਨਾ ਉਦੋਂ ਤੂੰ ਇੱਕ ਵਾਰੀ ਆਖੇਗਾ ਵਾਹਿਗੁਰੂ ਤੇਰੇ ਸਾਰੇ ਸਰੀਰ ਵਿੱਚੋਂ ਰੋਮ-ਰੋਮ ਵਿੱਚੋਂ ਆਵੇਗਾ ਵਾਹਿਗੁਰੂ ਬਸ ਉਦੋਂ ਜਾ ਕੇ ਜੀ ਇੱਕ ਵਾਰੀ ਕਹਿ ਲਿਆ ਤੇ ਮੁਕਤ ਹੋ ਜਾਏਗਾ ਸੋ ਇਹ ਚਾਰ ਬਾਣੀਆਂ ਨੇ ਜਿਸ ਨੂੰ ਉਤਮ ਇਸੇ ਤਰ੍ਹਾਂ ਬੈਖਰੀ ਮਦਮਾ ਤੇ ਪਸੰਤੀ ਇਹ ਚਾਰ ਬਾਣੀਆਂ ਨੇ ਇਹਨਾਂ ਚਾਰੇ ਬਾਣੀਆਂ ਵਿੱਚ ਵੀ ਤੂੰ ਸਮਾਇਆ ਹੋਇਆ ਹੈਂ ਜੁਬਾਨ ਤੇ ਚੱਲਣ ਵਾਲੀ ਗਲੇ 'ਚ ਚੱਲਣ ਵਾਲੀ ਹਿਰਦੇ 'ਚ ਚੱਲਣ ਵਾਲੀ ਧਨੀਵੇਂ ਚੱਲਣ ਵਾਲੀ ਇਹ ਬਾਣੀ ਵੀ ਤੂੰ ਸਮਾਇਆ ਹੋਇਆ ਕਈ ਵਾਰੀ ਆਪਾਂ ਬਚਨ ਸਰਵਨ ਕਰਦੇ ਨਾ ਫਲਾਣੇ ਮਹਾਤਮਾ 101 ਪਾਠ ਜਪਜੀ ਸਾਹਿਬ ਦਾ ਕਰਦੇ ਜਾਂ 101 ਪਾਠ ਸੋਹਣੀ ਸਾਹਿਬ ਦਾ ਰੋਜ਼ਾਨਾ ਕਰਦੇ ਅਸੀਂ ਮੋਬਾਈਲ ਕੱਢ ਕੇ ਉਸ ਵੇਲੇ ਕੈਲਕੂਲੇਟਰ ਕੱਢ ਕੇ ਗਿਣਤੀ ਮਾਰਦੇ ਆ ਜੇ 5 ਮਿੰਟਾਂ 'ਚ ਪਾਠ ਕਰੇਗਾ ਤੇ 100 ਪਾਠ ਇੰਨੇ ਮਿੰਟਾਂ 'ਚ ਹੋਣਗੇ ਫਿਰ ਉਹ ਸੌਂਦਾ ਕਦੋਂ ਹੋਵੇਗਾ ਉਹ ਨੌਂਦਾ ਕਦੋਂ ਹੋਵੇਗਾ ਨੇ ਇਹ ਹੋ ਹੀ ਨਹੀਂ ਸਕਦਾ ਹੈ ਇਹ ਵੱਡਾ ਭਾਰੀ ਗਪੌੜ ਹੈ ਸਾਡੇ ਮਨ ਵਿੱਚ ਐਸਾ ਸ਼ੰਕਾ ਆ ਜਾਂਦਾ ਹੈ ਗੁਰਮਖੋ ਉਹਨਾਂ ਦੀ ਬਾਣੀ ਜਿਹੜੀ ਹੈ ਨਾ ਉਹ ਬਾਣੀ ਐਸੀ ਅਵਸਥਾ ਦੇ ਮਾਲਕ ਬਣ ਜਾਂਦੇ ਨੇ ਉਹਨਾਂ ਦੀ ਬਾਣੀ ਗਲੇ ਤੋਂ ਜ਼ੁਬਾਨ ਦੀ ਜਿਹੜੀ ਬਾਣੀ ਹੈ ਉਹ ਤੋਂ 100 ਗੁਣਾ ਵੱਧ ਸਪੀਡ ਗਲੇ ਦੀ ਬਾਣੀ ਦੀ ਹੈ ਹਿਰਦੇ ਦੀ ਬਾਣੀ ਦੀ ਤੇ ਗਿਣਤੀ ਮਿੰਤੀ ਮਾਪੀ ਨਹੀਂ ਜਾ ਸਕਦੀ ਹੈ ਤੇ ਧੁੰਨੀ ਦੇ ਵਿੱਚੋਂ ਤੇ ਜੇ ਇੱਕ ਵਾਰੀ ਕਹਿਤਾ ਤੇ ਉਹ ਕਈ ਵਾਰੀ ਨਿਕਲ ਗਿਆ ਕਈ ਵਾਰੀ ਬਾਣੀ ਪੜਨ ਦਾ ਉਹਨਾਂ ਨੂੰ ਉਹ ਫਲ ਮਿਲ ਗਿਆ ਸਾਡੇ ਵਾਸਤੇ ਉਹ ਵੱਡੀਆਂ ਗੱਲਾਂ ਨੇ ਕਿਉਂਕਿ ਸਾਡੀ ਉੱਥੋਂ ਤੱਕ ਪਹੁੰਚ ਨਹੀਂ ਹੈ ਅਸੀਂ ਦੁਨਿਆਵੀ ਲੋਕ ਸਾਡੀ ਸੋਚ ਵੀ ਦੁਨਿਆਵੀ ਹੈ ਅਸੀਂ ਸੋਚਦੇ ਵੀ ਮੈਨੂੰ 10 ਮਿੰਟ ਲੱਗਦੇ ਨੇ ਤੇ ਉਹਨਾਂ ਨੂੰ ਵੀ 10 ਹੀ ਲੱਗਦੇ ਹੋਣਗੇ ਤੇ ਫਿਰ ਇੰਨੇ ਪਾਠ ਕਿਵੇਂ ਹੋ ਸਕਦੇ ਪਰ ਸਾਨੂੰ ਇਹ ਨਹੀਂ ਪਤਾ ਹੈ ਕਿ ਪੈਦਲ ਚੱਲਣ ਵਾਲਾ ਤੇ ਹਵਾਈ ਜਹਾਜ਼ ਤੇ ਚੱਲਣ ਵਾਲੇ ਦਾ ਫਰਕ ਹੈ ਪੈਦਲ ਚੱਲਣ ਵਾਲਾ ਸਾਰੇ ਦਿਨ ਵੀ ਤੁਰ ਕੇ ਉਹਨਾਂ ਸਫਰ ਨਹੀਂ ਕਰੇਗਾ ਜਹਾਜ਼ ਨੇ ਜਿੰਨਾ ਅੱਧੇ ਘੰਟੇ ਵਿੱਚ ਹੀ ਆਪਣਾ ਮੁਕੰਮਲ ਸਫਰ ਕਰ ਲੈਣਾ ਹੈ ਐਸਨਾ ਸਿਮਰਨ ਕਰਨ ਵਾਲਿਆਂ ਦਾ ਨਾਮ ਜਪਣ ਵਾਲਿਆਂ ਦੀ ਆਪਣੀ ਉਡਾਰੀ ਹੈ ਜਿੱਥੇ ਸਾਡੀ ਉਡਾਰੀ ਉਹਨਾਂ ਦੇ ਬਰਾਬਰ ਹੋ ਨਹੀਂ ਸਕਦੀ ਹੈ ਇਸ ਕਰਕੇ ਇਹ ਦੁਨਿਆਵੀ ਗਿਣਤੀ ਮਿੰਤੀ ਵਿੱਚ ਪਾ ਕੇ ਕਦੇ ਸ਼ੰਕਾ ਨਹੀਂ ਕਰਨਾ ਚਾਹੀਦਾ ਇਹ ਚਾਰ ਬਾਣੀਆਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਐਸ ਵੇਲੇ ਕਰਦੀ ਪਈ ਹੈ ਖਾਣੀ ਬਾਣੀ ਤੁਜੈ ਸਮਾਣੀ ਇਹ ਚਾਰ ਬਾਣੀਆਂ ਵੀ ਪ੍ਰਮਾਤਮਾ ਉਹਨਾਂ ਵਿੱਚ ਵੀ ਤੁਸੀਂ ਆਪ ਹੀ ਸਮਾਏ ਹੋਇਓ ਆਪ ਹੀ ਗੁਰਸਿੱਖਾਂ ਨੂੰ ਇਹ ਬਾਣੀ ਦੇ ਕੇ ਨਾਮ ਜਪਉਣ ਵਾਲੇ ਹੋ ਜੋ ਦਿਸੈ ਸਭ ਆਵਣ ਜਾਣੀ ਇਹ ਜੋ ਦਿਸਦਾ ਪਿਆ ਨਾ ਦੁਨੀਆਂ ਵਿੱਚ ਇਹ ਸਭ ਕੁਝ ਆ ਕੇ ਤੇ ਫਿਰ ਚਲੇ ਜਾਣ ਵਾਲਾ ਮੰਨ ਲਓ ਇਹਨਾਂ ਅੱਖਾਂ ਨਾਲ ਸਾਨੂੰ ਸਰੀਰ ਦਿਸਦਾ ਪਿਆ ਨਾ ਇਹ ਆਇਆ ਹੋਇਆ ਇਹਨੇ ਵੀ ਚਲੇ ਜਾਣਾ ਹੈ ਇਹ ਅੱਖਾਂ ਨਾਲ ਘਰ ਦਿਸਦਾ ਹੈ ਪਰਿਵਾਰ ਦਿਸਦਾ ਪਿਆ ਜੋ ਵੀ ਕੁਝ ਅੱਖਾਂ ਨਾਲ ਦਿਸਦਾ ਪਿਆ ਨਾ ਮਿੱਟੀ ਵੀ ਦਿਸਦੀ ਪਈ ਹੈ ਨਾ ਸੋਨਾ ਚਾਂਦੀ ਦਿਸਦਾ ਪਿਆ ਜੋ ਕੁਝ ਦਿਸਦਾ ਪਿਆ ਸਭ ਜਾਣੀਏ ਨੇ ਸਭ ਨੇ ਚਲੇ ਜਾਣਾ ਉਈ ਰਹਿਣ ਵਾਲਾ ਨਹੀਂ ਹੈ ਸਹੀ ਸਹਾ ਸੱਚੇ ਵਪਾਰੀ ਉਹ ਸੱਚੇ ਵਪਾਰੀ ਸ਼ਾਹੂਕਾਰ ਮਹਾਂਪੁਰਖ ਹਨ ਸਤਗੁਰ ਬੂਝ ਬੁਝਾਈ ਹੈ ਇਹ ਇਹਨਾਂ ਨੂੰ ਪੁਰਿਆਂ ਗੁਰਾਂ ਨੇ ਬੂਝ ਬੁਝਾਈ ਕਹੀਏ ਸਮਝ ਬਖਸ਼ਿਸ਼ ਕਰ ਦਿੰਦੀ ਹੈ ਸ਼ਬਦ ਵਜਾਏ ਸਤਗੁਰ ਪੂਰਾ ਪੂਰੇ ਸਤਗੁਰ ਸ਼ਬਦ ਕਹੀਏ ਗਿਆਨ ਸਮਝਾਉਂਦੇ ਹਨ ਸਰਬ ਕਲਾ ਸਾਚੇ ਭਰਪੂਰਾ ਉਹ ਸਾਰਿਆਂ ਥਾਵਾਂ ਤੇ ਪਰਿਪੂਰਨ ਪਰਮਾਤਮਾ ਆਪ ਹੀ ਸਾਰਿਆਂ ਥਾਵਾਂ ਤੇ ਸਮਾਇਆ ਹੈ ਸਾਰੀਆਂ ਸ਼ਕਤੀਆਂ ਦਾ ਉਹ ਮਾਲਕ ਹੈ ਅਫਰਿਓ ਵੇ ਪਰਵਾਸਦਾ ਤੂੰ ਉਹ ਪ੍ਰਮਾਤਮਾ ਕਦੇ ਫੜਿਆ ਨਹੀਂ ਜਾਂਦਾ ਜੇ ਕੋਈ ਬੰਦਾ ਆਖੇ ਨਾ ਮੈਂ ਫੜ ਲਵਾਂ ਨਹੀਂ ਅਸੀਂ ਫੜ ਨਹੀਂ ਸਕਦੇ ਹਾਂ ਗੁਰੂ ਨਾਨਕ ਸਾਹਿਬ ਨੂੰ ਕਿਸੇ ਨੇ ਸਵਾਲ ਕੀਤਾ ਜੀ ਤੁਹਾਨੂੰ ਨਾਨਕ ਨਿਰੰਕਾਰ ਕਹਿੰਦੇ ਨੇ ਤੇ ਨਿਰੰਕਾਰ ਦਾ ਤੇ ਸਰੂਪ ਹੀ ਕੋਈ ਨਹੀਂ ਹੈ ਪਰ ਤੁਹਾਡਾ ਸਰੂਪ ਤੇ ਦਿਸਦਾ ਪਿਆ ਹੈ ਕਿਸੇ ਸਾਧੂ ਨੇ ਬਚਨ ਆਖਿਆ ਮਹਾਰਾਜ ਸਾਹਿਬ ਜੀ ਨੇ ਬਚਨ ਸੁਣ ਕੇ ਨਾ ਤਾਂ ਕੁਝ ਸਮੇਂ ਵਾਸਤੇ ਗੱਲ ਨੂੰ ਟਾਲ ਦਿੱਤਾ ਇਧਰ ਉਧਰ ਦੀਆਂ ਹੋਰ ਥੋੜੀਆਂ ਬਹੁਤੀਆਂ ਗੱਲਾਂ ਕੀਤੀਆਂ ਜਦੋਂ ਚੱਲਣ ਲੱਗੇ ਨਾ ਮਹਾਰਾਜ ਤੇ ਸਤਗੁਰਾਂ ਨੇ ਇੱਕ ਹੱਥ ਵਿੱਚ ਕਥਾ ਫੜ ਲਈ ਇੱਕ ਹੱਥ ਵਿੱਚ ਕੋਈ ਹੋਰ ਵਸਤੂ ਫੜ ਲਈ ਦੋਨੇ ਹੱਥਾਂ ਵਿੱਚ ਕੁਝ ਨਾ ਕੁਝ ਫੜ ਲਿਆ ਬਹਾਨਾ ਬਣਾ ਲਿਆ ਵੀ ਸਾਡੇ ਹੱਥ ਵਿਹਲੇ ਨਹੀਂ ਜੋ ਸਾਧੂ ਨੂੰ ਕਹਿਣ ਲੱਗੇ ਵੀ ਅਸੀਂ ਲੱਕ ਨੂੰ ਕਮਰ ਕੱਸਾ ਨਹੀਂ ਕੀਤਾ ਹੈ ਸਾਡਾ ਉਹ ਕਮਰ ਕੱਸਾ ਪਿਆ ਲਿਆ ਸਾਡੇ ਲੱਕ ਨੂੰ ਲਿਆ ਕੇ ਕਰਦੇ ਜਦੋਂ ਕਮਰ ਕੱਸਾ ਲਿਆ ਕੇ ਲੱਕ ਦੇ ਦਿਵਾਲੇ ਕਰਨ ਲੱਗਾ ਤੇ ਉਹ ਇਲਾਕਾ ਹੱਥ ਵਿੱਚ ਹੀ ਨਾ ਆਵੇ। ਇੱਧਰ ਉੱਧਰ ਹੱਥ ਮਾਰੇ ਕੁਝ ਵੀ ਨਹੀਂ ਹੈ। ਬੜਾ ਹਰਾਨ ਹੋਇਆ। ਮਹਾਰਾਜ ਇਹ ਕੀ ਹੈ? ਸਤਿਗੁਰੂ ਕਹਿੰਦੇ ਤੇਰਾ ਸਵਾਲ ਸੀ ਨਾ ਕਿ ਸਾਨੂੰ ਨਿਰੰਕਾਰ ਕਿਉਂ ਕਹਿੰਦੇ ਤੇ ਨਿਰੰਕਾਰ ਦਾ ਰੂਪ ਕੋਈ ਨਹੀਂ ਹੈ। ਕਹਿਣ ਲੱਗੇ ਭਾਈ ਭਗਤਾ ਰੂਪ ਤੇ ਸਾਡਾ ਵੀ ਕੋਈ ਨਹੀਂ ਹੈ ਪਰ ਇਹ ਕੇਵਲ ਅਸੀਂ ਸਿੱਖਾਂ ਨੂੰ ਵਿਖਾਉਣ ਵਾਸਤੇ ਆਪਣਾ ਸਰੀਰ ਧਾਰਿਆ ਹੋਇਆ ਹੈ। ਬੋਲੇ ਸੋ ਨਿਹਾਲ ਜੇ ਸਾਨੂੰ ਨਾਨਕ ਨਿਰੰਕਾਰ ਕਿਹਾ ਜਾਂਦਾ ਸੀ ਨਿਰੰਕਾਰ ਦਾ ਹੀ ਰੂਪ ਹਾਂ ਤੇ ਨਿਰੰਕਾਰ ਦਾ ਕੋਈ ਸਰੂਪ ਨਹੀਂ ਹੈ ਸਰੂਪ ਸਾਡਾ ਵੀ ਕੋਈ ਨਹੀਂ ਹੈ ਇਹ ਤੇ ਕੇਵਲ ਸਿੱਖਾਂ ਦੇ ਭਲੇ ਵਾਸਤੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਦਾ ਇਹ ਜਗਤ ਨੂੰ ਜਲਦੇ ਨੂੰ ਰੱਖਣ ਵਾਸਤੇ ਅਸੀਂ ਇਹ ਤਨ ਬਣਾ ਕੇ ਵਿਖਾਇਆ ਹੈ ਅਸਲ ਦੇ ਵਿੱਚ ਸਾਡਾ ਸਰੂਪ ਹੀ ਕੋਈ ਨਹੀਂ ਹੈ ਇਹ ਬਚਨ ਸੁਣ ਕੇ ਉਹ ਸਾਧੂ ਮਹਾਰਾਜ ਦੇ ਚਰਨਾਂ ਤੇ ਟੈਪਿਆ ਮਹਾਰਾਜ ਕਹਿਣ ਲੱਗੇ ਅਫਰਿਓ ਉਹ ਫੜਿਆ ਨਹੀਂ ਜਾਂਦਾ ਪ੍ਰਮਾਤਮਾ ਕਿਉਂਕਿ ਹੱਥ ਵਿੱਚ ਆਉਂਦਾ ਹੀ ਨਹੀਂ ਹੈ ਉਹ ਤੇ ਹੈ ਹੀ ਪ੍ਰਕਾਸ਼ ਪ੍ਰਕਾਸ਼ ਨੂੰ ਤੁਸੀਂ ਹੱਥ ਵਿੱਚ ਫੜ ਨਹੀਂ ਸਕਦੇ ਹੋ ਮਹਾਰਾਜ ਕਹਿੰਨ ਲੱਗੇ ਬੇਪਰਵਾਹ ਉਸ ਰੱਬ ਨੂੰ ਕਿਸੇ ਦੀ ਪਰਵਾਹ ਵੀ ਨਹੀਂ ਹੈ ਜੇ ਆਪਾਂ ਕਿਨ ਵੀ ਸਾਰੀ ਦੁਨੀਆ ਇਕੱਠੀ ਇੱਕ ਪਾਸੇ ਹੋ ਜਾਏ ਤੇ ਰੱਬ ਥੱਲੇ ਆ ਜਾਏਗਾ ਨਹੀਂ ਭਾਵੇਂ ਅਸੀਂ ਜਿੰਨਾ ਮਰਦੀ ਜ਼ੋਰ ਲਾ ਲਈਏ ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ ਉਹ ਬੇਪਰਵਾਹ ਹੈ ਇਸੇ ਤੋਂ ਡਰਦਾ ਨਹੀਂ ਹੈ ਨਾ ਤਿਸ ਤਿਲਣਾ ਤੁਮਾਈ ਹੈ ਉਹਨੂੰ ਤੁਮਾਈ ਕਹੀਏ ਤਮਾ ਵੀ ਨਹੀਂ ਹੈ ਜਿਵੇਂ ਆਪਾਂ ਆਖਿਆ ਨਾ ਵੀ ਮੈਂ 100 ਪਾਠ ਜਪਜੀ ਸਾਹਿਬ ਦਾ ਕੀਤਾ ਤੇ ਰੱਬ ਬੜਾ ਖੁਸ਼ ਹੋ ਗਿਆ ਹੋਵੇਗਾ ਅੱਜ ਮੈਂ ਨਹੀਂ ਕੀਤਾ ਤੇ ਰੱਬ ਬੜਾ ਦੁਖੀ ਹੋ ਗਿਆ ਹੋਵੇਗਾ ਨਹੀਂ ਉਹਨੂੰ ਕੋਈ ਤਮਾ ਨਹੀਂ ਹੈ ਤੂੰ ਭਾਵੇਂ ਕਰ ਤੇ ਭਾਵੇਂ ਨਾ ਕਰ ਤੇਰੇ ਕਰਨ ਦੇ ਨਾਲ ਜਾਂ ਨਾ ਕਰਨ ਨਾਲ ਕੋਈ ਫਰਕ ਨਹੀਂ महाराज कह लगे जेसा मिलका आखन पाहे वा बड़ान। हो वै काट। सारी दुनिया आखे भी रब है उन्हें नहीं हो जाना सारी दुनिया आखे भी रब है ही नहीं कोई नहीं जाना क्योंकि उन्होंने तमा ही कोई नहीं है किसी गल की खाहिश नहीं इच्छा ही नहीं कोई कोई कवे कि कोई, कोई ना कवे जे आप कहें पे हाँ वह असी अपने भले वास्ते कए हाँ नहीं कहेंगे तो असं अपना नुकसान करते कई बारी कोई बंदे कोई व्यक्ति ऐसे ने ਉਨੇ ਕੀ ਦੀ ਗੱਲ ਤੇ ਨਾਰਾਜ਼ ਹੋ ਜਾਣਗੇ ਗੁਰਦੁਆਰੇ ਆ ਕੇ ਆਖਣਗੇ ਮੈਂ ਤੇ ਅੱਜ ਤੋਂ ਬਾਅਦ ਮੱਥਾ ਹੀ ਨਹੀਂ ਟੇਕਣਾ ਹੈ ਮੈਂ ਤੇ ਅੱਜ ਤੋਂ ਬਾਅਦ ਗੁਰਦੁਆਰੇ ਹੀ ਨਹੀਂ ਆਉਣਾ ਹੈ ਉਹਨਾਂ ਦੇ ਮਨ ਦੀ ਵਿਚਾਰ ਇਹ ਹੁੰਦੀ ਹੈ ਵੀ ਮੈਂ ਗੁਰਦੁਆਰੇ ਨਾ ਗਿਆ ਤੇ ਬੰਦੀ ਹੋ ਜਾਣਾ ਹੈ ਮੇਰੇ ਕਰਕੇ ਹੀ ਚੱਲਦਾ ਪਿਆ ਮੇਰੇ ਕਰਕੇ ਗੁਰੂ ਨੂੰ ਘਾਟਾ ਪੈ ਜਾਣਾ ਹੈ ਸਾਡੇ ਆਉਣ ਦੇ ਨਾਲ ਸਾਡੇ ਨਾ ਆਉਣ ਦੇ ਨਾਲ ਉਹਨੂੰ ਕੋਈ ਫਰਕ ਨਹੀਂ ਹੈ ਸਾਡੇ ਜਪਣ ਦੇ ਨਾਲ ਜਾਂ ਨਾ ਜਪਣ ਦੇ ਨਾਲ ਵੀ ਉਹਨੂੰ ਕੋਈ ਫਰਕ ਨਹੀਂ ਹੈ ਉਹ ਬੇਪਰਵਾਹ ਹੈ ਉਹਨੂੰ ਸਾਡੀ ਕੋਈ ਪਰਵਾਹ ਨਹੀਂ ਪਰ ਸਾਨੂੰ ਉਹਦੀ ਪਰਵਾਹ ਕਰਨੀ ਪੈਣੀ ਹੈ ਜੇ ਕਰਾਂਗੇ ਤੇ ਬਚੇ ਰਵਾਂਗੇ ਨਹੀਂ ਕਰਾਂਗੇ ਤੇ ਫਿਰ ਜੰਮ ਮਹਾਰਾਜ ਕਹਿੰਦੇ ਨਾ ਜੰਮ ਬਿਠਾ ਡੰਡਾ ਲਾ ਕੇ ਫਿਰ ਉਹ ਤੇਰੀ ਪਰਵਾਹ ਚੰਗੀ ਤਰ੍ਹਾਂ ਠੀਕ ਕਰੇਗਾ ਰੋ ਵਿਚਾਰੇ ਆ ਵੀ ਉਹ ਪਰਮਾਤਮਾ ਨਹੀਂ ਫੜਿਆ ਜਾਂਦਾ ਨਾ ਹੀ ਉਹਨੂੰ ਕਿਸੇ ਦੀ ਪਰਵਾਹ ਹੈ ਭਾਵੇਂ ਤੂੰ ਆ ਤੇ ਭਾਵੇਂ ਤੂੰ ਨਾ ਆ ਭਾਵੇਂ ਤੂੰ ਬਾਣੀ ਪੜ ਤੇ ਭਾਵੇਂ ਨਾ ਪੜ ਉਹਨੂੰ ਇਹ ਪ੍ਰਵਾਹ ਕੋਈ ਨਹੀਂ ਇਹ ਵੀ ਅਜ ਫਲਾਣਾ ਨਹੀਂ ਆਇਆ ਤੇ ਕਿਉਂ ਨਹੀਂ ਆਇਆ ਹੈ ਉਹ بے ਪ੍ਰਵਾਹ ਹੈ ਕਿਸੇ ਦੀ ਕੋਈ ਪ੍ਰਵਾਹ ਨਹੀਂ ਮੰਦਾ ਹੈ ਨਾ ਤੇ ਸਤਿਲ ਨਾ ਤੁਮਾਈ ਹੈ ਫਿਰ ਉਹਨੂੰ ਕੋਈ ਖਾਸ਼ ਨਹੀਂ ਹੈ ਇੱਛਾ ਉਹਨੂੰ ਕੋਈ ਨਹੀਂ ਹੈ ਵੀ ਸਾਰੀ ਦੁਨੀਆ ਮੇਰੇ ਕੋਲ ਆਵੇ ਜਾਂ ਨਾ ਆਵੇ ਨਹੀਂ ਇਸ ਇੱਛਾ ਤੋਂ ਵੀ ਉਹ ਪਰਮਾਤਮਾ ਪਰੇ ਹੈ ਕਾਲ ਬਿਕਾਲ ਭਏ دیਵਾਨੇ ਇਹ ਜਿਹੜੇ ਕਾਲ ਤੇ ਬਿਕਾਲ ਜੰਮਨ ਮਰਨੇ ਵੀ ਗੁਰਮਖਾ ਨਾਮ ਜਪਣ ਵਾਲਿਆਂ ਨੇ دیਵਾਨੇ ਕਹੀਏ ਕਮਲੇ ਕਰ ਸੋਟੇ ਜੰਮਨ ਮਰਨਾ ਵੀ ਉਹਨਾਂ ਦਾ ਕੁਝ ਵਿਗਾੜਦਾ ਹੀ ਹੈ ਸ਼ਬਦ ਸਹਿਜ ਰਸ ਅੰਤਰਮਾਨੇ ਜਿਨ੍ਹਾਂ ਨੇ ਸ਼ਬਦ ਕਹੀਏ ਬ੍ਰਹਮ ਦਾ ਰਸ ਕਹੀਏ ਆਨੰਦ ਸੁਭਾਵਕ ਹੀ ਆਪਣੇ ਮਨ ਦੇ ਅੰਦਰ ਮੰਨਿਆ ਹੈ ਆਪੇ ਮੁਕਤ ਤ੍ਰਿਪਤ ਵਰਦਾਤਾ ਆਪ ਹੀ ਮੁਕਤ ਹੈ ਆਪ ਹੀ ਰਜਿਆ ਤੇ ਆਪ ਹੀ ਮੁਕਤੀ ਦਾ ਦਾਤਾ ਹੈ ਭਗਤ ਭਾਏ ਮਨ ਭਾਈ ਹੈ ਉਹਨੂੰ ਪ੍ਰੇਮਾ ਭਗਤੀ ਚੰਗੀ ਲੱਗਦੀ ਹੈ ਕੀ ਚੰਗਾ ਲੱਗਦਾ ਰੱਬ ਨੂੰ ਅਸੀਂ ਜਿੰਨੇ ਮਰਜ਼ੀ ਸੋਹਣੇ ਕੱਪੜੇ ਪਾ ਕੇ ਆ ਜਾਈਏ ਜਿੰਨਾ ਮਰਜ਼ੀ ਹਾਰ ਸ਼ਿੰਗਾਰ ਕਰਕੇ ਆ ਜਾਈਏ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹਨੂੰ ਲੱਗਦਾ ਹੈ ਪ੍ਰੇਮਾ ਭਗਤੀ ਤੇਰੇ ਕੱਪੜਿਆਂ ਨਾਲ ਕੋਈ ਮਤਲਬ ਨਹੀਂ ਹੈ ਵੀ ਇਹਨੇ ਮਹਿੰਗੇ ਪਾਏ ਕਿ ਸਸਤੇ ਪਾਏ ਉਹਨੂੰ ਇਹ ਨਹੀਂ ਚੰਗਾ ਇਹ ਨਹੀਂ ਉਹ ਵੇਖਦਾ ਵੀ ਇਹਨੇ ਅੱਜ ਖਾਧਾ ਕੀ ਹੈ ਇਹਨੇ ਅੱਜ ਪੀਤਾ ਕੀ ਹੈ ਨਹੀਂ ਉਹ ਤੇਰੇ ਅੰਦਰ ਦਾ ਪ੍ਰੇਮ ਵੇਖਦਾ ਹੈ ਭਾਵੇਂ ਤੂੰ ਕੱਪੜੇ ਮਸਤਾਨੇ ਹੀ ਪਾਏ ਹੋਣ ਪੁਰਾਣੇ ਹੀ ਪਾਏ ਹੋਣ ਕੱਪੜਿਆਂ ਦੇ ਨਹੀਂ ਹੋ ਜਾਂਦਾ ਹੈ ਉਹ ਤੇਰੇ ਅੰਦਰ ਦਾ ਪ੍ਰੇਮ ਵੇਖਦਾ ਹੈ ਤੇ ਉਹਨਾਂ ਨੂੰ ਪ੍ਰਾਪਤੀ ਉਹ ਕਰਵਾ ਦਿੰਦਾ ਹੈ ਐਸਾ ਉਹ ਸਮਰੱਥ ਹੈ ਉਹਨ ਪ੍ਰੇਮਾ ਕੋੜੀ ਵੀ ਤੇ ਆ ਕੇ ਕਹਿੰਦਾ ਮੇਰਾ ਗਿਆ ਕੁਛੋਟਾ ਲੱਧਾ ਉਹਦਾ ਸਰੀਰ ਹੀ ਬੜਾ ਗੰਦਾ ਹੈ ਲਹੂ ਵਗਦਾ ਪਿਆ ਰੇਸ਼ਾ ਵਗਦਾ ਪਿਆ ਪਰ ਉਹ ਪ੍ਰੇਮ ਕਰਦਾ ਹੈ ਉਹਦੇ ਨਾਲ ਹੀ ਐਸੀ ਬਖਸ਼ਿਸ਼ ਹੋਈ ਮਹਾਰਾਜ ਨੇ ਉਸ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰ ਦਿੱਤੀ ਇਸ ਤਰ੍ਹਾਂ ਦਾ ਉਹ ਸਮਰੱਥ ਹੈ ਆਪ ਨਿਰਾਲਮ ਗੁਰਗੰਮ ਗਿਆਨ ਆਪ ਨਿਰਾਲਮ ਕਹੀਏ ਸਾਰਿਆਂ ਤੋਂ ਅਸੰਗ ਹੈ ਤੇ ਗੁਰਗੰਗ ਗਿਆਨਾ ਉਹ ਐਸਾ ਗੁਰੂ ਹੈ ਜਿਹੜਾ ਗਿਆਨ ਦੇ ਵਿੱਚ ਪਹੁੰਚ ਰਖਦਾ ਹੈ ਜੋ ਦਿਸੈ ਤੁਝ ਮੈਂ ਇਸਮਾਨਾ ਜੋ ਦਿਸਦਾ ਪਿਆ ਪ੍ਰਮਾਤਮਾ ਸਾਰਾ ਤੇਰੇ ਵਿੱਚ ਸਮਾ ਜਾਣਾ ਜਿੰਨੀ ਅੱਜ ਸ੍ਰਿਸ਼ਟੀ ਦਿਸਦੀ ਪਈ ਹੈ ਨਾ ਇੱਕ ਦਿਨ ਸਮਾਂ ਆਵੇਗਾ ਇਹ ਸਾਰੀ ਸ੍ਰਿਸ਼ਟੀ ਨੇ ਉਹਦੇ ਵਿੱਚ ਹੀ ਸਮਾ ਜਾਣਾ ਰਹਿਣਾ ਕੁਝ ਨਹੀਂ ਹੈ ਸਾਇੰਸ ਗੱਲ ਕਹਿੰਦੀ ਹੈ ਨਾ ਇੰਨੇ ਹਜ਼ਾਰ ਸਾਲ ਹੋ ਗਏ ਚੰਦਰਮਾ ਸੂਰਜ ਨੂੰ ਚਮਕਦਿਆਂ ਫਿਰ ਨਾਲ ਹੀ ਕਹਿ ਦਿੰਦੇ ਇੰਨੇ ਕੋਈ ਸਾਲ ਹੋਰ ਅਜੇ ਚਮਕਣਗੇ ਇਹਕ ਸਮਾਵੇਗਾ ਜਦੋਂ ਇਹ ਸਾਰੀ ਸ੍ਰਿਸ਼ਟੀ ਉਸ ਪਰਮਾਤਮਾ ਵਿੱਚ ਸਮਾ ਜਾਣੀ ਹੈ ਨਾਨਕ ਨੀਚ ਭਿਖਿਆ ਦਾ ਚਾਚਾ ਮਹਾਰਾਜ ਦੇ ਅੱਗੇ ਆ ਕੇ ਇਹ ਨਾ ਕਿਹਾ ਕਰ ਵੈਸੇ ਤੇ ਅਸੀਂ ਅਰਦਾਸ ਕਰਾਉਂਦੇ ਆ ਮੇਰੇ ਅੱਗੇ ਵੀ ਸਰਦਾਰ ਲਾ ਦਿਓ ਮੇਰੇ ਪਿੱਛੇ ਵੀ ਫਲਾਣਾ ਲਾ ਦਿਓ ਫਲਾਣੀ ਗੋਤ ਹੈ ਫਲਾਣੀ ਮੈਂ ਮਜਬਦੇ ਨਾਲ ਸੰਬੰਧ ਰੱਖਦਾ ਹਾਂ ਫਲਾਣੀ ਮੇਰੀ ਜਾਤ ਹੈ ਜੇ ਇਹਦੇ ਤੋਂ ਬਾਹਰ ਨਿਕਲਿਆ ਫਿਰ ਆਖਦਾ ਵੀ ਮੈਂ ਫਲਾਣਾ ਅਫਸਰ ਹਾਂ ਜੇ ਉਹ ਨਹੀਂ ਰਿਹਾ ਤੇ ਕਹਿਣ ਲੱਗੇ ਸੇਵਾ ਮੁਕਤਾ ਪਰ ਹਾਂ ਜਰੂਰ ਸੋ ਇਸ ਤਰ੍ਹਾਂ ਦੇ ਵਿਸ਼ੇਸ਼ਣ ਲਾ ਲਾ ਕੇ ਅਰਦਾਸਾਂ ਕਰਦਾ ਗੁਰੂ ਦੇ ਅੱਗੇ ਆ ਕੇ ਮੈਂ ਫਲਾਣਾ ਹਾਂ ਚਲੋ ਸਰਕਾਰੀ ਅਹੁਦੇ ਤੇ ਚਲੋ ਮੰਨਿਆ ਵੀ 20 30 ਸਾਲ ਕਿਤੇ ਨੌਕਰੀ ਕੀਤੀ ਐ ਤੇ ਫਿਰ ਵੀ ਵਿਅਕਤੀ ਕਿਸੇ ਨੂੰ ਕਹਿ ਦਿੰਦਾ ਵੀ ਮੈਂ ਇਸ ਪਦਵੀ ਤੇ ਰਹਿ ਕੇ ਸੇਵਾ ਕਰਦਾ ਰਿਆ ਅੱਜ ਕੱਲ ਤੇ ਗੁਰੂ ਘਰ ਦੇ ਵਿੱਚ ਵੀ ਪਦਵੀ ਪਦਵੀਆਂ ਜਿਹੜੀਆਂ ਨੇ ਉਹ ਬਣਾ ਲੀਆਂ ਲੋਕਾਂ ਨੇ ਇਹ ਸਾਬਕਾ ਹੈ ਇਹ ਮੌਜੂਦਾ ਹੈ ਸੋ ਇਹ ਇਸ ਤਰ੍ਹਾਂ ਦੀਆਂ ਪਦਵੀਆਂ ਦੇ ਵਿੱਚ ਹੀ ਪਿਆ ਹੋਇਆ ਹੈ ਇਹ ਜਿਹੜਾ ਸੈਕਟਰੀ ਹੈ ਸਾਬਕਾ ਹੈ ਫਲਾਣੇ ਗੁਰਦੁਆਰੇ ਦਾ ਸਾਬਕਾ ਸੀ ਪਹਿਲਾਂ ਉਸੇ ਮੌਜੂਦਾ ਸੀ ਇਹ ਕਾਦੀ ਪਦਵੀ ਹੈ ਭਾਈ ਕਿਹੜੀ ਪਦਵੀ ਕਿੰਨੇ ਤੈਨੂੰ ਦਿੱਤੀ ਆਪੇ ਹੀ ਪਦਵੀ ਬਣਾ ਲਈ ਆਪ ਹੀ ਬੈਠ ਗਿਆ ਉਹਦੇ ਉੱਪਰ ਆ ਗਿਆ ਆਪ ਹੀ ਸਾਬਕਾ ਬਣ ਗਿਆ ਆਪ ਹੀ ਹੁਣ ਮੌਜੂਦਾ ਬਣ ਗਿਆ ਮਹਾਰਾਜ ਕਹਿਣ ਲੱਗੇ ਨਹੀਂ ਗੁਰੂ ਦੇ ਅੱਗੇ ਪਦਵੀਆਂ ਨਹੀਂ ਚੱਲਦੀਆਂ ਹਨ ਭਾਵੇਂ ਤੂੰ ਧਾਰਮਿਕ ਤੇ ਭਾਵੇਂ ਤੂੰ ਕਿਸੇ ਨੌਕਰ ਨੌਕਰੀ ਕੀਤੀ ਹੈ ਸਰਕਾਰ ਦੀ ਨੌਕਰੀ ਕੀਤੀ ਐ ਇਹਨਾਂ ਪਦਵੀਆਂ ਨੂੰ ਛੱਡ ਦੇ ਪਾਈ ਇਹਨਾਂ ਦੇ ਜ਼ਿਕਰ ਨੂੰ ਗੁਰੂ ਦੇ ਅੱਗੇ ਆ ਕੇ ਨਾ ਕਰਿਆ ਕਰ ਵੀ ਮੈਂ ਫਲਾਣਾ ਸਿਉ ਹਾਂ ਆਪਣੇ ਨਾਮ ਦੇ ਅੱਗੇ ਵੱਡਾ ਵਿਸ਼ੇਸ਼ਣ ਲਾ ਲੈਣਾ ਆਪਦੇ ਨਾਮ ਦੇ ਪਿੱਛੇ ਵੀ ਲਾ ਲੈਣਾ ਮੈਂ ਫਲਾਣੇ ਅਹੁਦੇ ਤੋਂ ਮੁਕਤ ਹੋਇਆ ਰਿਟਾਇਰ ਹੋਇਆ ਨਹੀਂ ਇਹਨਾਂ ਗੱਲਾਂ ਤੋਂ ਪਰੇ ਹੋ ਜਾ ਗੁਰੂ ਦੇ ਅੱਗੇ ਆ ਕੇ ਆਖਿਆ ਕਰ ਨੀਚ ਮਹਾਰਾਜ ਮੈਂ ਨੀਚ ਹਾਂ ਸਭ ਤੋਂ ਨੀਚ ਮੈਂ ਹੀ ਹਾਂ ਮੇਰੇ ਵਰਗਾ ਨੀਚ ਕੋਈ ਨਹੀਂ ਹੋਏਗਾ ਦੁਨੀਆ 'ਤੇ ਜੇ ਗੁਰੂ ਕੋਲੋਂ ਕੁਝ ਲੈਣਾ ਚਾਹਣਾ ਤੇ ਫਿਰ ਇਹ ਗੱਲ ਕਹਿ ਤੇ ਜਿੰਨਾ ਚਿਰ ਤੂੰ ਇਹ ਕਹਿੰਦਾ ਰਵੇਂਗਾ ਨਾ ਵੀ ਮੇਰੀ ਜਾਤ ਗੋਤ ਸਾਰੀ ਨਾਲ ਬੋਲ ਕੇ ਦੱਸੋ ਵੀ ਮੈਂ ਫਲਾਣਾ ਸਿਉ ਅੱਗੇ ਵੀ ਪੰਜ ਸੱਤ ਵਿਸ਼ੇਸ਼ਣ ਲਾਓ ਨਾਮ ਦੇ ਪਿੱਛੇ ਵੀ ਲਾਓ ਜਿੰਨੀ ਮੈਨੂੰ ਫੂਕ ਛਕਾ ਸਕਦੇ ਹੋ ਛਕਾ ਦਿਓ ਤੇ ਫਿਰ ਮੈਂ ਖੁਸ਼ ਹੁੰਦਾ ਫਿਰ ਲੈ ਕੇ ਕੁਝ ਨਹੀਂ ਜਾਏਗਾ ਫਿਰ ਕੇਵਲ ਹਉਮੈ ਹੀ ਤੇਰੇ ਕੋਲ ਆਵੇਗੀ ਤੇ ਕਈ ਵਾਰੀ ਜਿਹੜਾ ਅਰਦਾਸ ਕਰਨ ਵਾਲਾ ਉਹ ਆਖਦਾ ਵੀ ਮੈਨੂੰ ਕੀ ਹੈ ਮੈਨੂੰ ਭਾਵੇਂ ਹੋਰ ਵੱਡਾ ਪਰਚਾ ਲਿਖ ਦੇ ਮੈਂ ਤੇ ਬੋਲੀ ਜਾਣਾ ਹੈ ਉਹ ਬੋਲ ਜਾਂਦਾ ਅਸੀਂ ਹੋਰ ਹਮੇ ਦਾ ਸ਼ਿਕਾਰ ਹੋ ਜਾਂਦੇ ਤੇ ਕਈਆਂ ਦਾ ਸੁਭਾਈ ਇਹ ਬਣ ਜਾ ਉਹ ਜਾਨ ਬੁੱਝ ਕੇ ਹੀ ਪਰਿਵਾਰ ਨੂੰ ਫੂਕ ਸ਼ਿਕਾਈ ਜਾਣਗੇ ਵੀ ਇਹ ਫਲਾਣਾ ਸਿਓ ਹੈ ਜੀ ਇਹਨੇ ਐ ਕੀਤਾ ਜੀ ਇਹਨੇ ਉਹ ਕੀਤਾ ਉਹ ਪਲਵਾ ਪਰਿਵਾਰ ਹੋਰ ਲੰਮੀ ਧੌਣਤਾ ਨੂੰ ਕਰ ਲੈਂਦਾ ਵੀ ਵਾਕਿਆ ਮੈਂ ਸਭ ਕੁਝ ਕੀਤਾ ਹੈ ਅਸਲ ਦੇ ਵਿੱਚ ਉਹ ਤੇਰਾ ਨੁਕਸਾਨ ਕਰਦਾ ਪਿਆ ਜਿੰਨੇ ਵੱਡੇ ਵੱਡੇ ਉਹ ਸ਼ਬਦ ਕਹਿ ਰਿਹਾ ਨਾ ਤੇਰੇ ਮਨ ਵਿੱਚ ਹੰਕਾਰ ਲੈ ਕੇ ਆ ਰਿਹਾ ਹੈ ਤੂੰ ਅਰਦਾਸ ਇਹ ਕਰਿਆ ਕਰ ਮਹਾਰਾਜ ਮੈਂ ਨੀਚ ਹਾਂ ਮੇਰੇ ਵਰਗਾ ਨੀਵਾ ਕੋਈ ਨਹੀਂ ਹੋਏਗਾ ਦੁਨੀਆ ਤੇ ਸਭ ਤੋਂ ਨਖਿੱਧ ਮੈਂ ਹੀ ਆ ਤੇ ਦੂਜਾ ਬਚਨੇ ਆਖਿਆ ਕਰ ਭਿਖਿਆ ਮੈਂ ਭਿਖਾਰੀ ਹਾਂ ਤੇਰੇ ਦਰ ਦਾ ਮੰਗਤਾ ਮੰਗਤੇ ਨੂੰ ਕੋਈ ਵਡਿਆਈ ਨਹੀਂ ਮਿਲਦੀ ਐ ਮੰਗਤਾ ਕਿਤੇ ਚਲਾ ਜਾ ਉਹਨੂੰ ਠੋਕਰਾ ਹੀ ਮਿਲਦੀ ਆ ਨਾ ਮਾੜਾ ਹੀ ਬਚਨ ਬੋਲਿਆ ਜਾਂਦਾ ਨਾ ਗੁਰੂ ਨੂੰ ਆ ਕੇ ਇਹ ਗੱਲ ਕਿਹਾ ਕਰ ਮਹਾਰਾਜ ਮੰਗਤਾ ਹਾਂ ਮੈਂ ਤੇਰੇ ਦਰ ਦਾ ਮੈਂ ਨੀਚ ਹਾਂ ਮੇਰੀ ਝੋਲੀ ਵਿੱਚ ਖੈਰ ਪਾ ਜੇ ਪੈ ਸਕਦੀ ਐ ਪਰ ਜੇ ਮੰਗਤਾ ਆ ਕੇ ਇਹ ਗੱਲ ਕਵੇ ਮਾਲਕ ਦੇ ਘਰ ਦੇ ਦਰਵਾਜ਼ੇ ਤੇ ਖੜ ਕੇ ਮੰਗਤਾ ਆਖੇ ਮੈਂ ਤੇ ਫਲਾਣਾ ਸਿਓ ਆਇਆ ਮਾਲਕ ਦੇਵੇਗਾ ਥੋੜੀ ਕੁਝ ਨਾ ਕਹਿੰਦਾ ਭਾਜਾ ਜਿੱਧਰੋਂ ਆਇਆ ਤੂੰ ਆਪ ਵੱਡਾ ਤਾਂ ਫੇਰ ਮੇਰੇ ਕੋਲ ਕੀ ਲੈਣਾ ਹੈ ਗੁਰੂ ਨੇ ਵੀ ਇਹ ਗੱਲ ਕਹਿਣੀ ਵੀ ਜਦੋਂ ਤੂੰ ਆਪ ਹੀ ਵੱਡਾ ਹੈ ਤੇਰੇ ਕੋਲ ਇੰਨਾ ਕੁਝ ਹੈ ਤਾਂ ਫੇਰ ਮੇਰੇ ਕੋਲ ਕੀ ਲੈਣਾ ਦੌੜ ਜਾ ਜਿੱਥੋਂ ਆਇਆ ਇੱਥੇ ਆ ਕੇ ਕਹਿਣਾ ਪੈਣਾ ਵੀ ਮਹਾਰਾਜ ਮੈਂ ਆ ਨੀਚ ਮੈਂ ਆ ਭਿਖਾਰੀ ਮੈਂ ਆ ਮੰਗਤਾ ਮੈਂ ਤੇਰੇ ਦਰ ਤੇ ਮੰਗਣ ਆਇਆ ਹਾਂ ਈ ਮੰਗਣ ਆਇਆ ਫਰਮਾਉਂਦੇ ਹਾਨ ਅੰਦੀਜੇ ਨਾਮ ਵਡਾਈ ਏ ਮੈਨੂੰ ਨਾਮ ਦੀ ਵਡਿਆਈ ਦੇ ਦਿਓ ਬਸ ਇਹੋ ਹੀ ਮੰਗਣ ਆਇਆ ਇਹਦੇ ਤੋਂ ਬਿਨਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੈ ਇਹ ਮਹਾਰਾਜ ਨੇ ਅਮਰਤ ਵੇਲੇ ਦਾ ਉਪਦੇਸ਼ ਬਖਸ਼ਿਆ ਹੈ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਸੱਜਣਾ ਸੀਸੜੀਆਂ ਸਾਬ ਸਿਉ ਮੇਲਾ ਆਪ ਨਰਾਲਮ ਗੁਰਗੰ ਗਿਆਨਾ ਜੋ ਦੀਸੈ ਤੁਜ ਮੈਂ ਸਮਾਨਾ ਨਾਨਕ ਨੀਝ ਭਿਖਿਆ ਦਰਜਾ ਚ ਮੈਂ ਦੀਜੇ ਨਾਮ ਵਡਾਈ ਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ